लख कोलो दिल की गल लुकदी नहीं लुकाई, लख कोलो दिल की गल लुकदी नहीं लुकाई, झूठा बंदा गल करदा भी रखदा नीवी पाई, दुनिया का अन्नदाता देखो किसान होया करजाई, पर दारू पी के कई सुत्या ते गड्डियां जान चढ़ाई, गड्डियां चढ़िया बंदे मर गए कोई नहीं सुनवाई, वाह ओ रब्बा वाह ओ रब्बा तेरी समझ ना आई, वाह ओ रब्बा वाह ओ रब्बा तेरी समझ ना आई। ये किसी ने लाइना जिन्हें लिखिया तो उन्हें रब वास्ते, पर मेरे ख्याल रब का कसूर घट है, साडा अपना ज़्यादा। जिहड़ी दिल की गल दी लुकाउण की गल करदी आ, तो कई तो दिल की गल जिहड़ी आ उह जिही लुकाउंदे ने, मरन तो बाद भी नहीं पता लगता भी की गल की नहीं हुई। हाँ ये गल सही है भी झूठा बंदा हर वेले, जदों झूठा बंदा जिहड़ा उह अख चक पा गल घट करदा, यह भी लगता भी गल पुरानी हो गई। अजकल झूठा बंदा सगों वध कॉन्फिडेंस दे नाल गल करदा, अक्सर देखिया। दुनिया का अन्नदाता ये बिल्कुल सही गल है, दुनिया रोटी खवाने वाला करजाई हो रहा, चार चफेरे ये हालत। ये भी आप देखिया बॉम्बे, वड्डे लोग बॉम्बे की गल कर लो चाहे कितों की गल कर लो, वड्डे लोग दारू पी के कुछ भी करते तो उन्हें सुनवाई है नहीं। चलो आप रब की गल करते, रब दे रंग जिहड़े वक्रे ने। गल करिए पहला पंजाब की, हुण तो थोड़ी देर बाद ही मैं लगता हुण तां झंडियां झुंडियां चंडीगढ़ 15 सैक्टर के कांग्रेस भवन जिहड़ा हैगा लग गईआं होणियां, कली कुली पाती होणियां, तो वाहवा रौनक संग शुरू हो गई होनी। 8 बज गए मेरे ख्याल 11 बजे कहिंदे वी सिद्धू साहब ने उत्थे सहुं चकनी आ, और चकनी पता नहीं कितों कित्थे रखी हुई सहुं, जिहड़ी चकनी उन्होंने सहुं आपां आपस कह अक्सर कहिंदे वी सहुं चकनी आ, इह सहुं चकनी आ जां वैसे ही ताजपोशी करनी। ताज की भी कोई गल समझ नहीं आउंदी, इह कहिड़ा मिस पंजाबण है भी जिहड़ी ताजपोशी करनी आ, ते शायद चलो उन्हां नूं कुर्सी देणी आ चंगी गल है। और नाल दी नाल जिहड़ा दूजी गल इह हैगी आ कि कैप्टन साहब दा विच्चों अंदर खाते खबर मिली है वी मन गए आ, कहिंदे ਵੀ ਉਹ ਮੰਨ ਗਏ ਆ ਅਤੇ ਆਉਣਗੇ ਤਾਜਪੋਸ਼ੀ ਦੇ ਉੱਪਰ। ਜੇ ਆ ਗਏ ਤਾਂ ਦੇਖੋ ਕੀ ਗੱਲ ਬਣਦੀ ਕੀ ਨਹੀਂ ਬਣਦੀ। ਮੈਨੂੰ ਵੈਸੇ ਸਮਝ ਨਹੀਂ ਆਉਂਦੀ ਰਾਜਨੀਤੀ ਦੀ, ਸਮਝ ਤਾਂ ਕਿਸੇ ਨੂੰ ਨਹੀਂ ਆਉਂਦੀ ਜਿਹੜੇ ਰਾਜਨੀਤੀ ਕਰਦੇ ਆ, ਉਹਨਾਂ ਨੂੰ ਵੀ ਨਹੀਂ ਆਉਂਦੀ ਵੀ ਉਹਦੇ ਨਾਲ ਦੇ ਖਾਸ ਬੰਦੇ ਨੇ ਕੀ ਕਰ ਜਾਣਾ, ਉਹਨਾਂ ਨੂੰ ਪਤਾ ਨਹੀਂ ਲੱਗਦਾ। ਕਈ ਕਈ ਵਾਰੀ ਇਉਂ ਲੱਗਦਾ ਹੈ ਵੀ ਕਰਕੇ ਇਹ ਜਿਹੜਾ ਹੈਗਾ ਸਿੱਧੂ ਨੂੰ ਅੱਗੇ ਕਰਕੇ, ਅਤੇ ਮੁੜ ਕੇ ਫਿਰ ਵੀ ਪਤਾ ਲੋਕਾਂ ਦਾ ਕੈਪਟਨ ਕਰਕੇ ਵੋਟਾਂ ਹੁਣ ਪੈਣੀਆਂ ਪੁਣੀਆਂ ਹੈ ਨਹੀਂ, ਘੱਟ ਪੈਣਗੀਆਂ ਜਾਂ ਜਿੱਤਣ ਦੇ ਚਾਂਸ ਘੱਟ ਨੇ। ਵੀ ਚਲੋ ਸਿੱਧੂ ਨੂੰ ਮੋਹਰ ਕਰਕੇ ਇੱਕ ਵਾਰੀ ਜਿੱਤ ਜਾਈਏ, ਫਿਰ ਹੋ ਸਕਦਾ ਅੰਦਰ ਖਾਤੇ ਸੈੱਟ ਕੇ ਇਹੀ ਹੋ ਜੇ ਵੀ CM ਫਿਰ ਕੈਪਟਨ ਨਹੀਂ ਬਣੇ, ਅਤੇ ਸਿੱਧੂ ਸਾਹਿਬ ਨੂੰ ਹੋਰ ਕੋਈ ਵੱਡੀ ਸਾਰੀ ਕੁਰਸੀ ਜੋੜ ਕੇ 3-4 ਕੁਰਸੀਆਂ ਦੇ ਦੇਣ ਵੀ ਭਾਈ ਆਹ ਤੇਰੇ ਵਾਸਤੇ ਕੁਰਸੀ ਬਣਾਤੀ ਆ, ਤੂੰ ਕਿੱਥੇ ਪੰਜਾਬ ਦੇ ਵਿੱਚ ਧੱਕੇ ਖਾਣਾ ਫਿਰਦਾ, ਆ ਕੇ ਸੈਂਟਰ ਦੇ ਵਿੱਚ ਆਰਾਮ ਨਾਲ ਐਸ਼ ਕਰ। ਇਹ ਵੀ ਕਈ ਵਾਰੀ ਊਂ ਹੀ ਲੱਗਦਾ ਹੈ, ਸੱਚੀ ਗੱਲ ਨਹੀਂ ਹੈਗੀ, ਊਂ ਹੀ ਲੱਗਦਾ। ਪਰ ਰਾਜਨੀਤੀ ਦੇ ਵਿੱਚ ਕਹਿੰਦੇ ਸਭ ਕੁਛ ਜਾਇਜ਼ ਆ, ਕੋਈ ਪਤਾ ਨਹੀਂ ਕੌਣ ਕਿਹਦਾ ਪਿਓ ਪੁੱਤ ਭਰਾ ਕਿੱਥੇ ਕਿੱਦਾਂ ਕਿੱਦਾਂ ਇਹਦਾ ਜਿੱਦਾਂ ਉਹਦਾ ਕਿੱਦਾਂ। ਚਲੋ ਰਾਜਨੀਤੀ ਦੀ ਖੇਡ ਹੈਗੀ ਆ ਪੰਜਾਬ ਦੇ ਵਿੱਚ, ਅਕਸਰ ਆਪਾਂ ਇਹ ਚੀਜ਼ਾਂ ਦੇਖੀਆਂ ਹੁੰਦੀਆਂ ਨੇ ਔਰ ਹੁਣ ਵੀ ਹੋ ਰਹੀਆਂ ਨੇ। ਤੁਸੀਂ ਕੋਈ ਅਪਡੇਟ ਹੋਵੇ ਤਾਂ ਜ਼ਰੂਰ ਕਰ ਸਕਦੇ ਹੋ। ਨਾਲ ਦੀ ਨਾਲ ਅਗਰ ਗੱਲ ਕਰੀਏ ਅੱਜ ਦੇ ਪ੍ਰੋਗਰਾਮ ਦੀ, ਸਾਡੇ ਦਰਸ਼ਕਾਂ ਨੂੰ ਯਾਦ ਹੋਊਗਾ, ਪਰ ਯਾਦ ਕੀ ਹੋਣਾ, ਮੈਂ ਮੰਗਲਵਾਰ ਇੱਕ ਖਬਰ ਪੜ੍ਹੀ ਸੀ, ਮੈਨੂੰ ਲੱਗਦਾ ਨਹੀਂ ਕਿਉਂਕਿ ਯਾਦ ਤਾਂ ਅਸੀਂ ਹੁਣ ਅੱਜ ਕੱਲ੍ਹ ਇੰਨੇ ਬਿਜ਼ੀ ਹੈਗੇ ਹਾਂ। ਜੇ ਘਰਵਾਲੀ ਨੂੰ ਪੁੱਛੋ ਵੀ ਕੀ ਬਣਾਇਆ ਹੁਣ ਸ਼ਾਮ ਨੂੰ ਖਾਣ ਵਾਸਤੇ, ਤਾਂ ਉਹ ਕਹਿੰਦੀ ਆਹ ਚੀਜ਼ ਬਣਾਈ ਹੈ, ਤਾਂ ਪੁੱਛਣਾ ਪੈਂਦਾ ਵੀ ਮੈਂ ਸਵੇਰੇ ਕੀ ਖਾਧਾ ਸੀ। ਉਹ ਅੱਛਾ ਅੱਛਾ ਹਾਂ ਸਵੇਰੇ ਤਾਂ ਸੱਚ ਮੈਂ ਕੜੀ ਖਾਧੀ ਸੀ, ਹੁਣ ਫਿਰ ਠੀਕ ਹੈ। ਨਾਲ ਮੈਚ ਕਰਦੀ ਸਬਜ਼ੀ ਨਹੀਂ ਹੋਣੀ ਚਾਹੀਦੀ, ਯਾਦਾਸ਼ਤੀ ਦੀ ਗੱਲ ਆਪਾਂ ਇੱਦਾਂ ਇਹ ਕਰੀ ਦੀ ਵੀ ਯਾਦ ਨਹੀਂ ਰਹਿੰਦਾ ਕੀ ਕਿਹਾ ਸੁਣਿਆ ਹੈਗਾ। ਖਾਸ ਤੌਰ 'ਤੇ ਲੀਡਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਤਾਂ ਜਮਾਂ ਹੀ ਯਾਦ ਨਹੀਂ ਰਹਿੰਦਾ ਕਿਹਦੇ ਖਿਲਾਫ਼ ਕਿਹੜਾ ਬਿਆਨ ਦਿੱਤਾ ਸੀ ਅਤੇ ਕਦੋਂ ਉਹ ਦਿੱਤਾ ਸੀਗਾ। ਬਾਅਦ ਦੇ ਵਿੱਚ ਉਸੇ ਦੇ ਪੱਖ ਦੀ ਗੱਲ ਕਰਨੀ ਆ, ਉਹ ਯਾਦ ਨਹੀਂ ਰਹਿੰਦਾ ਵੀ ਪਹਿਲਾਂ ਉਹਦੇ ਖਿਲਾਫ਼ ਹੀ ਬਿਆਨ ਦਿੱਤਾ ਸੀਗਾ ਜਾਂ ਉਹਦੇ ਹੱਕ ਦੇ ਵਿੱਚ ਬਹੁਤ ਜ਼ਿਆਦਾ ਬਿਆਨ ਦਿੱਤੇ ਸੀ ਅਤੇ ਹੁਣ ਉਹਦੇ ਖਿਲਾਫ਼ ਬਿਆਨ ਦੇਣਾ। ਚਲੋ ਇਹ ਆਪਾਂ ਮੈਂ ਗੱਲ ਜਿਹੜੀ ਕਰਦੇ ਸੀ ਆਪਾਂ ਉਧਰਲੇ ਪਾਸੇ ਆਉਂਦੇ ਹਾਂ। ਖਬਰ ਇੱਕ ਮੰਗਲਵਾਰ ਪੜ੍ਹੀ ਸੀ, ਸੱਚੀ ਖਬਰ, ਉਹ ਸਾਨੂੰ ਭੇਜੀ ਵੀ ਕਿਸੇ ਇੱਥੋਂ ਸੀਗੀ, ਸਾਡੇ ਇੱਥੇ ਲੋਡਾਈ ਦੇ ਵਿੱਚ ਰਹਿੰਦੇ ਨੇ ਸਾਡੇ ਇੱਕ ਮਿੱਤਰ ਬੌਬੀ ਖਾਨ ਪਾਕਿਸਤਾਨ ਤੋਂ, ਉਹਨਾਂ ਨੇ ਸਾਨੂੰ ਆ ਕੇ ਖਬਰ ਸੁਣਾਈ ਬੜੀ ਹੱਸੇ ਨਾਲੇ, ਤਾਂ ਪਹਿਲਾਂ ਹੱਸੀ ਗਏ, ਕਹਿੰਦੇ ਵੀ ਤੁਸੀਂ ਇਹੋ ਜਿਹਾ ਪ੍ਰੋਗਰਾਮ ਕਰਦੇ ਹੁੰਦੇ ਆ, ਚੰਗੀ ਗੱਲ ਪ੍ਰੋਗਰਾਮ ਕਰਦੇ ਨੇ ਔਰ ਪ੍ਰੋਗਰਾਮ 'ਚ ਭਾਗ ਵੀ ਲੈਂਦੇ ਨੇ ਕਦੇ ਕਦੇ, ਅਤੇ ਹੱਸੀ ਗਏ ਤਾਂ ਮੈਂ ਖਬਰ ਸੁਣਾਈ ਸੀ। ਉਦੋਂ ਬਾਅਦ ਚਲੋ ਖਬਰ ਮੈਂ ਸੁਣਾ ਤੀ, ਗੱਲ ਖਤਮ ਹੋ ਗਈ, ਪਰ ਉਦੋਂ ਬਾਅਦ ਕੈਨੇਡਾ ਤੋਂ ਸਾਡੇ ਕਿਸੇ ਮਿੱਤਰ ਦਾ ਫੋਨ ਆਇਆ, ਉਹਨੇ ਨਾਲ ਗੱਲ ਕਰਾਈ, ਕਿਸੇ ਪਾਕਿਸਤਾਨੀ ਕੋਈ ਭਰਾ ਸੀਗਾ ਸ਼ਾਇਦ, ਕੋਈ ਮਲਿਕ ਨਾਮ ਸੀ ਉਹਨਾਂ ਦਾ, ਬਿਜ਼ਨਸ ਕਰਦੇ ਹੋਣੇ ਇਕੱਠੇ ਜਾਂ ਪਾਰਟਨਰ ਹੋਣੇ ਪਾਕਿਸਤਾਨ ਦੇ ਨਾਲ ਆਪਣੇ ਪੰਜਾਬੀ।
ਉਹ ਕਹਿੰਦੇ ਵੀ ਮੈਂ ਪ੍ਰੋਗਰਾਮ ਤੇਰਾ ਉਦੋਂ ਦੇਖਿਆ ਤੇ ਮੈਂ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਪਾਕਿਸਤਾਨ ਦੇ ਵਿੱਚ ਆਹ ਗੱਲ ਹੋਈ ਆ ਕਿੱਦਾਂ। ਉਹ ਕਹਿੰਦਾ ਵੀ ਅੱਛਾ ਯਾਰ, ਉਹ ਕਹਿੰਦਾ ਮੈਨੂੰ ਤਾਂ ਗੱਲ ਕਰਾ ਦੇ। ਅਤੇ ਉਹ ਕਹਿੰਦਾ ਵੀ ਭਰਾ ਮੈਂ ਕਦੋਂ ਦੇਖ ਸਕਦਾ ਵਾਂ ਤੁਹਾਡਾ ਪ੍ਰੋਗਰਾਮ ਦੁਬਾਰਾ, ਕਦੋਂ ਦੇਖ ਸਕਦਾ ਵਾਂ ਜਿਹੜਾ ਉਹ ਤੁਸੀਂ ਖਬਰ ਸੁਣਾਈ ਸੀ ਪਾਕਿਸਤਾਨ ਦੀ। ਤੁਸੀਂ ਬੜੀ ਖੁਸ਼ੀ ਹੋਈ ਪਾਕਿਸਤਾਨ ਦਾ ਜ਼ਿਕਰ ਕਰਦੇ ਹੋ, ਪਾਕਿਸਤਾਨ ਦੇ ਪੰਜਾਬ ਦਾ ਜ਼ਿਕਰ ਕਰਦੇ ਹੋ, ਕਦੋਂ ਦੇਖ ਸਕਦਾ ਵਾਂ। ਅਤੇ ਮੈਂ ਕਿਹਾ ਵੀ ਚਲੋ ਕੋਈ ਨਹੀਂ, ਆਪਾਂ ਕਿਹੜਾ ਉੱਥੇ ਕੋਈ ਸਹੁੰ ਪਾਈ ਹੁੰਦੀ ਹੈ ਵੀ ਇੱਕ ਗੱਲ ਕਹਿਤੀ 35 ਅੱਖਰ ਨੇ, 35 ਅੱਖਰਾਂ 'ਚ ਪ੍ਰੋਗਰਾਮ ਕਰਨਾ ਹੁੰਦਾ, ਚਲੋ ਫਿਰ ਆਪਾਂ ਗੱਲ ਕਰ ਲਾਂਗੇ। ਗੱਲ ਸੀਗੀ ਕੀਤੀ ਠੱਗੀਆਂ ਦੀ। ਪਹਿਲਾਂ ਤਾਂ ਮੈਂ ਉੱਦਣ ਦੀ ਖਬਰ ਸ਼ਾਇਦ ਅੱਜ ਮੈਂ ਕਿਹਾ ਵੀਰਵਾਰ ਮੈਂ ਪ੍ਰੋਗਰਾਮ ਇੱਦਾਂ ਦਾ ਕਰਦਾ ਹੁੰਦਾ, ਚਲੋ ਵੀਰਵਾਰ ਅਸੀਂ ਇਸ ਤਰ੍ਹਾਂ ਪ੍ਰੋਗਰਾਮ ਰੱਖ ਲਾਂਗੇ। ਵੀਰਵਾਰ ਅਵੇਅਰ ਕਰਨ ਦਾ ਪ੍ਰੋਗਰਾਮ ਹੁੰਦਾ ਸਾਡਾ ਲੋਕਾਂ ਨੂੰ, ਚਾਹੇ ਉਹ ਬਾਬਿਆਂ ਤੋਂ ਅਵੇਅਰ ਕਰੀਏ, ਚਾਹੇ ਲੀਡਰਾਂ ਤੋਂ ਕਰੀਏ, ਚਾਹੇ ਠੱਗੀਆਂ ਤੋਂ ਕਰੀਏ। ਪਰ ਠੱਗੀਆਂ ਹੁਣ ਕਾਫੀ ਚੱਲ ਪਈਆਂ, ਅੱਜ ਵੀ ਆਪਾਂ ਠੱਗੀਆਂ ਦੀ ਇਹੀ ਗੱਲਬਾਤ ਕਰਨੀ ਆ। ਠੱਗੀਆਂ ਦੇਖੋ ਵਿਆਹਾਂ ਦੇ ਕਿੰਨਾ ਰੌਲਾ ਪੈ ਗਿਆ, ਵਿਆਹਾਂ ਦੀਆਂ ਠੱਗੀਆਂ ਤਾਂ ਇੰਨੀਆਂ ਸਾਹਮਣੇ ਆਈਆਂ ਪਿਛਲੇ ਦਿਨਾਂ ਦੇ ਵਿੱਚ ਜਿਹਦਾ ਹਿਸਾਬ ਕੋਈ ਨਹੀਂ। ਔਨਲਾਈਨ ਠੱਗੀ ਜਿਹੜੀ, ਮੈਂ ਚਲੋ ਖਬਰ ਦੁਬਾਰਾ ਪੜ੍ਹ ਦਿੰਦਾ, ਸੁਣੀ ਹੋਈ ਸਾਡੇ ਦਰਸ਼ਕਾਂ ਨੇ, ਕੁਝ ਨੇ ਸੁਣੀ ਹੋਈ, ਕੁਝ ਨਵੇਂ ਵੀ ਜੁੜੇ ਹੋ ਸਕਦੇ ਆ, ਚਲੋ ਦੁਬਾਰਾ ਵੀ ਸੁਣ ਲੈਂਦੇ ਕੋਈ ਅਸੀਂ ਗੱਲ। ਪਾਕਿਸਤਾਨ ਦੀ ਖਬਰ ਸੀ ਵੀ ਇੱਕ ਬੰਦੇ ਨੂੰ 27 ਲੱਖ ਰੁਪਈਏ ਦਾ, ਪਾਕਿਸਤਾਨੀ 27 ਲੱਖ ਦਾ ਚੂਨਾ ਲੱਗ ਗਿਆ। ਅਸੀਂ ਕਹਿੰਦੇ ਵੀ ਕਰੋੜਾਂ ਦਾ ਲੱਗ ਜਾਂਦਾ ਵੀ ਉਹਨੂੰ 27 ਲੱਖ ਕਿਵੇਂ ਲੱਗ ਗਿਆ? 27 ਲੱਖ ਚੂਨਾ ਲੱਗਣਾ ਕੋਈ ਓਡੀ ਵੱਡੀ ਗੱਲ ਨਹੀਂ ਲੱਗਦੀ, ਲੱਗਾ ਕਿਵੇਂ ਆ ਉਹ ਮਾਇਨਾ ਰੱਖਦੀ ਹੈ। ਹੁਣ ਅੱਜ ਕੱਲ੍ਹ ਅਸੀਂ ਦੇਖੀਏ ਜ਼ਿਆਦਾਤਰ ਲੋਕ, ਸਾਰੇ ਮੈਂ ਨਹੀਂ ਕਹਿੰਦਾ ਜਿੰਨੇ ਫੇਸਬੁੱਕ ਨਾਲ ਜੁੜੇ, ਸਾਰੇ ਨਹੀਂ ਮੈਂ ਕਹਿੰਦਾ, ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਬਹੁਤ ਜ਼ਿਆਦਾ ਫੇਸਬੁੱਕ 'ਤੇ ਨੇ, ਬਹੁਤ ਜ਼ਿਆਦਾ ਇਨਵੋਲਵ ਰਹਿੰਦੇ ਨੇ, ਇਕੱਲੀ ਇਕੱਲੀ ਚੀਜ਼ ਕਰਦੇ ਨੇ, ਜਿਹੜੇ ਕਿ ਜਿਨ੍ਹਾਂ ਦੀ ਨੇਚਰ ਇਸ ਤਰ੍ਹਾਂ ਦੀ, ਜਿਹੋ ਜਿਹਾ ਮੈਂ ਜਿਹੜਾ ਹੁਣ ਮੈਂ ਜੋਕ ਸੁਣਾਊਂਗਾ, ਜਿਹਨੇ ਨੇਚਰ ਇਹੋ ਜਿਹੀ ਆ ਉਹਨਾਂ ਦੀ ਗੱਲ ਕਰਦੇ ਹਾਂ। ਕਿਸੇ ਬੰਦੇ ਦੀ ਘਰਵਾਲੀ ਮਰ ਗਈ, ਘਰਵਾਲੀ ਮਰ ਗਈ, ਰੋਣ ਪਿੱਟਣ ਪਿਆ ਹੋਇਆ, ਬੁਰਾ ਹਾਲ, ਡੈੱਡ ਬੋਡੀ ਹਜੇ ਘਰ ਹੀ ਪਈ ਹੈ, ਸੰਸਕਾਰ ਸੰਸਕੂਰ ਵੀ ਨਹੀਂ ਕੀਤਾ, ਅਤੇ ਉਹ ਰੋਂਦਾ ਰੋਂਦਾ ਜਾ ਕੇ ਵਾਸ਼ ਬੇਸ਼ਨ 'ਤੇ ਮੂੰਹ ਧੋਤਾ ਅਤੇ ਕਹਿੰਦਾ ਪੁੱਤ ਮੇਰਾ ਲੈਪਟੋਪ ਫੜਾਈ। ਉਹ ਕਹਿੰਦੇ ਵੀ ਕੋਈ ਜ਼ਰੂਰੀ ਗੱਲ ਸ਼ੇਅਰ ਕਰਨੀ ਹੋਣੀ ਹੈ ਕਿਸੇ ਨਾਲ ਦੇ ਨੇ ਪੁੱਛਿਆ, ਤੂੰ ਲੈਪਟੋਪ ਵੀ ਕਰਨਾ ਘਰ ਵਾਲੀ, ਤੇਰੀ ਡੈੱਡ ਬੋਡੀ ਘਰ ਪਈ, ਤੂੰ ਕਰਨਾ? ਉਹ ਕਹਿੰਦਾ ਫੇਸਬੁੱਕ 'ਤੇ ਸਟੇਟਸ ਪਾ ਦਈਏ ਵੀ ਮੈਂ ਸਿੰਗਲ ਆ। ਇਹੋ ਜਿਹੇ ਬੰਦਿਆਂ ਦੀ ਮੈਂ ਗੱਲ ਕਰਦਾ ਜਿਹੜੇ ਕਿ ਕੁੜੀ ਦੀ ID ਦੇਖ ਕੇ ਔਰ ਉਹਨੂੰ ਮੁੜ ਕੇ ਭੇਜਦੇ ਨੇ, ਪਹਿਲਾਂ ਫਰੈਂਡ ਰਿਕੁਐਸਟ 'ਤੇ ਮੁੜ ਕੇ ਉਹਨੂੰ ਚਾਹ ਵਾਸਤੇ ਔਫਰ ਕਰਦੇ ਨੇ। ਇੱਦਾਂ ਹੀ ਇੱਕ ਮੁੰਡਾ ਆਪਣੇ ਪਿਓ ਨੂੰ ਕਹਿੰਦਾ ਪਾਪਾ ਮੇਰੀਆਂ ਫੇਸਬੁੱਕ 'ਤੇ 10 ID ਨੇ। ਉਹ ਕਹਿੰਦਾ ਵੀ ਤੇਰੀਆਂ 10 ID ਤਾਂ ਮੈਂ ਕੀ ਕਰਾਂ? ਨਹੀਂ ਨਹੀਂ ਕਹਿੰਦਾ ਮੈਂ ਤੁਹਾਨੂੰ ਉੱਦਾਂ ਦੱਸ ਰਿਹਾ ਵੀ ਮੇਰੀਆਂ ਨਾ ਫੇਸਬੁੱਕ 'ਤੇ 10 ID ਨੇ। ਉਹ ਕਹਿੰਦਾ ਵੀ ਠੀਕ ਹੈ 10, ਹੁਣ 15 ਕਹੋ, ਹੁਣ ਮੈਂ ਕੀ ਕਰਨਾ? ਉਹ ਕਹਿੰਦਾ ਨਹੀਂ, ਜਿਹੜੀ ਤੁਸੀਂ ਪੂਜਾ ਨੂੰ ਨਾ ਚਾਹ ਵਾਸਤੇ ਔਫਰ ਭੇਜ ਦਿਓ ਰੋਜ਼, ਉਹ ਮੈਂ ਹੀ ਹਾਂ। ਅਤੇ ਇਹੋ ਜਿਹੇ ਬੜੇ ਕੇਸ ਸਾਹਮਣੇ ਆਉਂਦੇ, ਉਹਨਾਂ ਵੀ ਇੱਦਾਂ ਹੀ ਹੋਈ ਮੁੰਡੇ ਨਾਲ, ਜਿਵੇਂ ਉਹਨੇ ਦੇਖਿਆ ਵੀ ਅਮਰੀਕਾ ਦੀ ਕੋਈ ਕੁੜੀ ਹੈਗੀ ਆ, ਉਹਨੇ ਫਰੈਂਡ ਰਿਕੁਐਸਟ ਉਹਨੂੰ ਭੇਜੀ ਮੁੰਡੇ ਨੂੰ, ਵੀ ਲਿਖਿਆ ਵੀ ਮੈਨੂੰ ID ਤੁਹਾਡੀ ਬਹੁਤ ਵਧੀਆ ਲੱਗੀ ਪ੍ਰੋਫਾਈਲ, ਮੈਂ ਤੁਹਾਨੂੰ ਫਰੈਂਡ ਰਿਕੁਐਸਟ ਭੇਜ, ਅਤੇ ਮੁੰਡੇ ਨੂੰ ਚੜ੍ਹ ਗਿਆ ਚਾਹ, ਲਾਹੌਰ ਦਾ ਸੀਗਾ ਬੰਦਾ, ਅਤੇ ਉਹਨੂੰ ਚਾਹ ਚੜ੍ਹ ਗਿਆ ਵੀ ਅਮਰੀਕਾ ਤੋਂ ਆਪਣੀ ਫਰੈਂਡ ਬਣ ਗਈ। ਲੋਕ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਜੀ, ਵਾਹ ਵਾਹ ਦੇ ਰਹੀ ਦਾ ਚੱਲਦਾ ਰਿਹਾ, ਚੁੰਝ ਚਾਚਾ ਜਿਵੇਂ ਹੁੰਦੀ ਹੈ ਫੇਸਬੁੱਕ 'ਤੇ, ਬਸ ਇਨਬੋਕਸ 'ਤੇ ਮੈਸੇਜ ਕਰਕੇ ਖੁਸ਼ ਹੋਈ ਗਿਆ ਵੀ ਮੇਰੀ ਫਰੈਂਡ ਆਪਣੇ ਯਾਰਾਂ ਦੋਸਤਾਂ ਅੱਗੇ ਰੂਹ ਰੂਹ ਬਣਾ ਲਿਆ ਹੋਣਾ, ਫੋਟੋ ਦਿਖਾ ਕੇ ਵੀ ਆਹ ਮੇਰੀ ਫਰੈਂਡ ਅਮਰੀਕਾ 'ਚ ਹੈ, ਦੇਖੋ ਜੀ ਗੱਲ ਬਹੁਤ ਵਧੀਆ ਬਣੀ ਹੋਈ, ਉਹਨਾਂ ਹੁਣ ਬਸ ਮਿਲਣਾ ਹੀ ਆ, ਜਦੋਂ ਸੂਤ ਲੱਗਾ ਮੈਂ ਅਮਰੀਕਾ ਗਿਆ ਤਾਂ ਮੈਂ ਮਿਲੂੰਗਾ, ਉਹ ਜੇ ਭਕਾਈ ਪਾਕਿਸਤਾਨ ਤੋਂ ਉਹ ਮੈਨੂੰ ਮਿਲੂਗੀ, ਵਾਹ ਵਾਹ ਦੇ ਰਹੀ ਤਾਂ ਗੱਲਬਾਤ ਚੱਲਦੀ ਰਹੀ। ਅਤੇ ਹੋਰ ਲਗਭਗ ਕਹਿੰਦੇ ਵੀ 6-7 ਮਹੀਨੇ ਬਾਅਦ ਉਹਨੂੰ ਮੈਸੇਜ ਆਉਂਦਾ ਫੇਸਬੁੱਕ 'ਤੇ, ਜਾਂ ਫੋਨ ਨੰਬਰ ਵੀ ਹੋ ਸਕਦਾ ਸਾਂਝੇ ਕਰ ਲਏ ਹੁਣ, ਕੋਈ ਵੱਡੀ ਗੱਲ ਨਹੀਂ, ਪਰ ਫੋਨ ਨੰਬਰ ਨਹੀਂ, ਮੈਸੇਜ ਹੀ ਸੀ। ਮੈਨੂੰ ਇਹ ਲੱਗਦਾ ਕਿ ਉਹਦੇ ਸਾਰੀ ਕਹਾਣੀ ਸੁਣਨ ਤੋਂ ਬਾਅਦ ਵੀ ਕੁੜੀ ਅਮਰੀਕਾ 'ਚ ਹੈ ਹੀ ਨਹੀਂ ਸੀ ਕੋਈ, ਸਿਰਫ ਉਹਨੇ ਆਪਣੀ ਫੇਸਬੁੱਕ ਦੀ ID ਮੈਂ ਅਮਰੀਕਾ ਦੇ ਨਾਂ 'ਤੇ ਬਣਾਈ ਹੋਈ ਸੀਗੀ। ਮੈਸੇਜ 6-7 ਮਹੀਨੇ ਸਾਲ ਖੰਡ ਬਾਅਦ ਜਾਂਦਾ ਵੀ ਮੇਰੇ ਹਸਬੈਂਡ ਦੀ ਡੈਥ ਹੋ ਗਈ। ਉਹ ਕਹਿੰਦਾ ਵੀ ਬੜੀ ਮਾੜੀ ਗੱਲ ਹੋਈ। ਨਹੀਂ ਕਹਿੰਦੀ ਵੀ ਤੂੰ ਮੇਰਾ ਸਭ ਤੋਂ ਬੈਸਟ ਫਰੈਂਡ ਹੈਗਾ, ਮੈਨੂੰ ਮਿਲੇ ਹਸਬੈਂਡ ਦੇ ਇੰਸ਼ੋਰੈਂਸ ਦੇ ਪੈਸੇ, ਅਤੇ ਉਹ ਮੈਂ ਚਾਹੁੰਦੀ ਹਾਂ ਵੀ ਅੱਧੇ ਤੈਨੂੰ ਦੇ ਦੇਵਾਂ, ਮੈਂ ਸਾਰੇ ਕੀ ਕਰਨੇ, ਤੂੰ ਮੇਰਾ ਸਭ ਤੋਂ ਬੈਸਟ ਫਰੈਂਡ ਆ। ਲਓ ਜਿਵੇਂ ਕਹਿੰਦੇ ਹੁੰਦੇ ਵੀ ਇੰਨਾ ਕੀ ਭਾਲੇ ਦੋ ਅੱਖਾਂ, ਹੁਣ ਤਾਂ ਚਾਹ ਚੜ੍ਹ ਗਿਆ, ਇੱਕ ਤਾਂ ਅਮਰੀਕਾ ਦੀ ਗਰਲਫਰੈਂਡ, ਅਤੇ ਉੱਤੋਂ ਉਹਨੇ ਦੱਸਿਆ 50,000 ਮਿਲਿਆ, ਤਾਂ $20,000 ਮੈਂ ਚਾਹੁੰਦੀ ਵੀ ਤੈਨੂੰ ਭੇਜ ਦੇਵਾਂ, $20,000। ਉਹ ਕਹਿੰਦੇ ਵੀ ਠੀਕ ਹੈ, ਕਰਤਾ $20,000 ਤੈਨੂੰ ਭੇਜਤਾ, ਆਹ ਹੈਗਾ ਅਕਾਊਂਟ ਨੰਬਰ ਜਿੱਦਾਂ, ਆਹ ਕਰਕੇ ਤਾਂ ਤੂੰ ਉੱਥੋਂ ਜਾ ਕੇ ਲੈ ਲਾ। ਫਿਰ ਫੋਨ ਕੀਤਾ ਮਗਰ ਨਾ, ਫੋਨ ਬਾਅਦ ਕਿਤੇ ਗਿਆ ਨਹੀਂ ਲੈਣ, ਅਤੇ ਉਹ ਇਨ ਬਿਟਵੀਨ ਕਹਿੰਦੇ ਉੱਥੋਂ ਆਜ਼ਿਮਾ ਨਾਮ ਦੀ ਲੜਕੀ ਦਾ ਫੋਨ ਆਉਂਦਾ ਵੀ ਅਸੀਂ ਪਾਕਿਸਤਾਨ ਦੇ ਫਲਾਨੀ ਜਗ੍ਹਾ ਤੋਂ ਬੋਲ ਰਹੇ ਹਾਂ, ਤੁਹਾਡਾ $20,000 ਆਇਆ ਪਿਆ, ਵੀ ਭਾਈ ਤੁਸੀਂ ਲੈਣ ਕਦੋਂ ਆਉਣਾ?
ਫਿਰ ਕੁੜੀ ਦਾ ਫੋਨ ਜਾਂਦਾ ਅਮਰੀਕਾ ਤੋਂ ਮੈਸੇਜ ਜਾਂਦਾ ਜਾਂ ਵੀ ਤੂੰ ਪੈਸੇ ਚੱਕ ਲਿਆਂਦੇ, ਉਹ ਕਹਿੰਦਾ ਨਹੀਂ ਮੈਂ ਗਿਆ ਸੀ, ਤਾਂ ਉਹ ਕਹਿੰਦੀ ਵੀ ਟੈਕਸ ਭਰਨਾ ਪੈਣਾ, $20,000 ਅਮਰੀਕਾ ਤੋਂ ਆਇਆ ਇਹਦਾ ਘੱਟੋ ਘੱਟ ਟੈਕਸ ਭਰਨਾ ਪੈਣਾ। ਅਤੇ ਉਹ ਕਹਿੰਦੇ ਵੀ ਠੀਕ ਹੈ ਟੈਕਸ, ਜੇ ਤੇਰੇ ਕੋਲ ਪੈਸੇ ਹੈ ਨਹੀਂ ਮੈਂ ਭੇਜ ਦਿੰਦੀ ਤੂੰ ਟੈਕਸ ਭਰ ਦੇ। ਠੱਗੀ ਦਾ ਕੋਈ ਠੱਗੀ ਕਿਵੇਂ ਪੋਲਾਈਟਲੀ ਠੱਗੀ ਵੱਜੀ, ਨਹੀਂ ਨਹੀਂ ਉਹ ਕਹਿੰਦਾ ਮੈਂ ਉਹ 1.5 ਲੱਖ ਰੁਪਈਆ ਸੀ ਭਰ ਆਇਆ ਅਤੇ ਹੁਣ ਮੈਨੂੰ ਕੱਲ੍ਹ ਨੂੰ ਪੈਸੇ ਮਿਲ ਜਾਣੇ। ਅਗਲੇ ਦਿਨ ਗਿਆ ਤੇ ਉੱਥੇ ਕਿਹੜੀ ਆਦਮਾ ਅਤੇ ਕਿਹੜਾ ਉਹ ਕਹਿੰਦੇ ਵੀ ਇਹ ਤਾਂ ਹਾਂ ਵੀ ਕਹਿੰਦਾ ਮੈਂ ਪੈਸੇ ਇੱਥੋਂ$20,000 ਲੈਣੇ ਸੀਗੇ, ਉਹ ਕਹਿੰਦੇ ਵੀ ਇੱਥੇ $20,000 ਕੋਈ ਨਹੀਂ ਹੈਗਾ ਤੇਰਾ, ਅਤੇ ਤੂੰ ਤਾਂ ਇੱਥੇ ਇੱਕ ਤਾਂ ਇਹ ਸਾਡਾ ਤਾਂ ਅਦਾਰਾ ਇੱਕ ਇੱਥੇ ਤੂੰ ਕਿਸੇ ਅਕਾਊਂਟ 'ਚ ਪੈਸੇ ਜਮ੍ਹਾਂ ਕਰਾਏ 1.5 ਲੱਖ, ਹੁਣ ਕਿਹੜੇ ਅਕਾਊਂਟ 'ਚ ਕਰਾਏ ਜਿਹੜੇ 'ਚ ਕਰਾਏ ਉਹ ਪੈਸੇ ਹੋਰ ਚਲੇ ਗਏ। 2-3 ਦਿਨ ਬਥੇਰੇ ਗੇੜੇ ਗੁੜੇ ਮਾਰਦਾ ਰਿਹਾ, ਕੁਛ ਨਹੀਂ ਬਣਿਆ, ਤਾਂ ਮੁੜ ਕੇ ਉਦੋਂ ਬਾਅਦ ਕਹਿੰਦਾ ਵੀ ਮੈਨੂੰ ਉਹ 1.5 ਲੱਖ ਲੱਭਣ ਦੇ ਵਿੱਚ ਅਤੇ ਉਹਨੂੰ ਆਦਮਾ ਲੱਭਣ ਦੇ ਵਿੱਚ ਹੀ ਮੇਰਾ ਹੁਣ ਤੱਕ $27,00,000 ਲੱਗ ਗਿਆ। ਅਤੇ ਇੱਦਾਂ ਦੀਆਂ ਠੱਗੀਆਂ ਹੋਰ ਹਜ਼ਾਰਾਂ ਹੀ ਸ਼ੁਰੂ ਹੋ ਗਈਆਂ ਅਮੈਰੀਕਾ ਦੇ ਵਿੱਚ, ਸਾਨੂੰ ਹੁਣ ਗਾਹੇ ਵਗਾਹੇ ਫਿਰ ਪਤਾ ਲੱਗਣ ਲੱਗ ਪਿਆ, ਕੈਨੇਡਾ ਦੇ ਵਿੱਚ ਪਤਾ ਲੱਗਣ ਲੱਗ ਪਿਆ ਵੀ ਇਸ ਤਰ੍ਹਾਂ ਦੀਆਂ ਠੱਗੀਆਂ ਜਿਹੜੀਆਂ ਕਾਫੀ ਹੱਦ ਤੱਕ ਸ਼ੁਰੂ ਹੋ ਗਈਆਂ ਨੇ, ਜਿਨ੍ਹਾਂ ਤੋਂ ਬਚਣ ਦੀ ਲੋੜ ਹੈ। ਔਰ ਠੱਗੀਆਂ ਮਾਰਨ ਵਾਲੇ ਤਰੀਕੇ ਵੱਖਰੇ ਵੱਖਰੇ ਲੱਭਦੇ ਨੇ। ਆਪਾਂ ਵਿਆਹ ਵਾਲੀ ਠੱਗੀ ਦੀ ਗੱਲ ਕਰੀਏ, ਇਹ ਵੀ ਹਰ ਬੰਦੇ ਦੇ ਦਿਲ 'ਚ ਹੁੰਦਾ ਵੀ ਭਾਈ ਮੈਂ ਕਿਸੇ ਵੀ ਤਰੀਕੇ ਅਮਰੀਕਾ ਚਲੇ ਜਾਵਾਂ, ਕੈਨੇਡਾ ਚਲੇ ਜਾਵਾਂ, ਆਸਟ੍ਰੇਲੀਆ ਚਲੇ ਜਾਵਾਂ, ਹੋਰ ਨਹੀਂ ਤਾਂ ਕਿਸੇ ਜਿਹੜੇ ਛੋਟੇ ਮੁਲਕ ਨੇ ਭਾਈ ਮੈਨੂੰ ਉੱਥੇ ਹੀ ਭੇਜਦੇ, ਏਜੰਟਾਂ ਗਰੀਸ ਗਰੂਸ ਹੀ ਭੇਜਦੇ ਉੱਥੇ, ਹੋਰ ਨਹੀਂ ਕੁਛ, ਮਨੀਲਾ ਮਨੀਲਾ ਹੀ ਭੇਜਦੇ ਅਤੇ ਮੇਰਾ ਕੰਮ ਜਿਹੜਾ ਬਣ ਜੂ। ਇਹ ਅਸੀਂ ਪਹਿਲਾਂ ਬਹੁਤ ਵਾਰੀ ਜ਼ਿਕਰ ਕੀਤਾ ਕਿ ਜਿਹੜੇ ਅਮਰੀਕਾ ਆਏ ਹੋਣਗੇ ਲੋਕ ਇੱਥੇ, ਅਸੀਂ ਕਈਆਂ ਦੀਆਂ ਸਟੋਰੀਆਂ ਕਰਨੀਆਂ ਚਾਹੀਏ ਕਰ ਸਕਦੇ, ਪਰ ਉਹ ਕੈਮਰੇ ਸਾਹਮਣੇ ਆਉਣ ਤੋਂ ਡਰਦੇ ਨੇ ਵੀ ਹਜੇ ਕਾਗਜ਼ ਪੱਤਰ ਨਹੀਂ ਬਣੇ। 3-3 ਮਹੀਨੇ 6-6 ਮਹੀਨੇ ਜੰਗਲਾਂ ਦੇ ਵਿੱਚੋਂ ਤੁਰ ਕੇ ਕਹਿੰਦੇ ਅਸੀਂ ਆਏ ਹਾਂ, ਕੱਪੜੇ ਜਿਹੜੇ ਸੀ ਸਾਡੇ ਪਾਏ ਹੋਏ ਉਹ ਸਰੀਰ ਨਾਲ ਚਿਪਕ ਗਏ ਸੀਗੇ ਅਤੇ ਉਹ ਗਰਮ ਪਾਣੀ ਕਰਕੇ ਸਾਨੂੰ ਲਾਉਣੇ ਪਏ। ਅਤੇ ਰਸਤੇ ਦੇ ਵਿੱਚ ਜਿਹੜਾ ਏਜੰਟ ਸੀ, ਜਿਹੜੇ ਬੰਦੇ ਕੋਲ ਤੁਰਿਆ ਨਹੀਂ ਸੀ ਜਾਂਦਾ, ਉਹਦੇ ਦਾਤਰ ਮਾਰ ਕੇ ਅਤੇ ਉਹਨੂੰ ਉੱਥੇ ਮਾਰ ਕੇ ਛੱਡ ਦਿੰਦੇ ਸੀ, ਕੋਈ ਉਹ ਰੈਡ ਬੈਡ ਕੋਈ ਲੱਗ ਕੋਈ ਵਾਰਸ ਨਹੀਂ ਕੋਈ ਕੁਛ ਨਹੀਂ ਤਾਂ ਕੁਛ ਨਹੀਂ। ਇਸ ਤਰ੍ਹਾਂ ਬੰਦੇ ਇੱਥੇ ਪਹੁੰਚੇ ਨੇ ਅਤੇ ਉਦੋਂ ਬਾਅਦ ਬੜੀ ਦੇਰ ਬਾਅਦ ਜਾ ਕੇ ਕਾਗਜ਼ ਪੱਤਰ ਬਣੇ। ਅੱਜ ਕੱਲ੍ਹ ਤਾਂ ਹੁਣ ਬਾਹਲੇ ਔਖੇ ਹੋ ਗਏ, ਪਹਿਲਾਂ ਸੌਖੇ ਬਣ ਜਾਂਦੇ ਸੀ ਸਾਡੇ। ਜਦੋਂ ਚਲੋ ਪਰਮਾਤਮਾ ਦਾ ਸ਼ੁਕਰ ਹੈ ਅਸੀਂ ਕਰਦੇ ਸਾਹਿਬ ਦਾ ਜਸ ਪੰਜਾਬੀ ਦੇ ਜ਼ਰੀਏ ਜਦੋਂ ਪੇਪਰ ਪੂਪਰ ਬਣੇ ਤਾਂ ਵਾਈਫ ਦਾ ਵੀ ਜੋ ਸਾਡੇ ਕੋਲ ਗ੍ਰੀਨ ਕਾਰਡ ਆ ਗਏ ਛੇਤੀ। ਅਤੇ ਜਿੱਥੇ ਉਹ ਕੰਮ ਕਰਦੀ ਸੀ ਨਿਊਯਾਰਕ 'ਚ ਵਾਈਫ, ਤਾਂ ਉਹ ਬੰਦਾ ਪੁੱਛਦਾ ਉਹਨੂੰ ਵੀ ਤੂੰ ਗ੍ਰੀਨ ਕਾਰਡ ਉੱਠ ਕੇ ਦੇਖਦੀ ਹੁੰਦੀ ਰੋਜ਼? ਉਹ ਕਹਿੰਦੀ ਮੈਂ ਕਾਹਦੇ ਵਾਸਤੇ ਗ੍ਰੀਨ ਕਾਰਡ ਦੇਖਣਾ ਉੱਠ ਕੇ? ਅੱਛਾ, ਕਹਿੰਦਾ ਤੈਨੂੰ ਫਿਰ ਇਹਦੀ ਵੈਲਿਊ ਹੀ ਨਹੀਂ ਪਤਾ? ਕਹਿੰਦਾ ਮੈਨੂੰ 26 ਸਾਲ ਬਾਅਦ ਮਿਲਿਆ ਸੀ, 26 ਸਾਲ ਇੱਥੇ ਧੱਕੇ ਖਾਣ ਤੋਂ ਬਾਅਦ ਫਿਰ ਗ੍ਰੀਨ ਕਾਰਡ ਮਿਲਿਆ ਸੀ, ਅਤੇ ਮੈਂ ਰੋਜ਼ ਸਵੇਰੇ ਸ਼ਾਮ ਉੱਠ ਕੇ ਦੇਖਦਾ ਸੀਗਾ ਵੀ ਆ ਅੱਛਾ ਇਹ ਹੁੰਦਾ ਗ੍ਰੀਨ ਕਾਰਡ ਅਮਰੀਕਾ ਦਾ। ਸੋ ਗੱਲ ਅੱਜ ਆਪਾਂ ਕਰਨੀ ਹੈ ਠੱਗੀਆਂ ਦੀ, ਠੱਗੀਆਂ ਕਿਸੇ ਵੀ ਤਰ੍ਹਾਂ ਦੀ। ਅੱਗੇ ਅਸੀਂ ਇੱਕ ਪਾਰਟੀਕੁਲਰ ਠੱਗੀ ਦੀ ਗੱਲ ਕਰੀ ਦੀ ਆ, ਔਨਲਾਈਨ ਠੱਗੀ ਦੀ ਗੱਲ ਕਰੀ ਦੀ ਆ, ਹੋਰ ਗੱਲ ਕਰੀ ਦੀ ਆ, ਪਹਿਲੇ ਸਮੇਂ ਦੇ ਵਿੱਚ ਠੱਗੀਆਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਸੀਗੀਆਂ ਅਤੇ ਅੱਜ ਕੱਲ੍ਹ ਠੱਗੀਆਂ ਦਾ ਰੂਪ ਕੀ ਹੈ। ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਫੋਨ ਆਇਆ ਹੋਵੇ, ਕੋਈ ਕੁਛ ਆਇਆ ਹੋਵੇ, ਕਿਸੇ ਨੇ ਕੁਛ ਕਿਹਾ ਹੋਵੇ, ਕਿਸੇ ਦੋਸਤ ਮਿੱਤਰ ਨੇ ਕਿਹਾ ਹੋਵੇ, ਇਹ ਜ਼ਰੂਰ ਅੱਜ ਜ਼ਿਕਰ ਸਾਂਝੇ ਕਰੋ ਤਾਂ ਕਿ ਅਸੀਂ ਅਵੇਅਰ ਕਰ ਸਕੀਏ। ਔਰ ਚੰਗੀ ਗੱਲ ਇਹ ਹੈ ਜੋ ਤੁਸੀਂ ਗੱਲ ਕਰਦੇ ਹੋ ਸਾਰੇ, ਅਤੇ ਕੋਈ ਨਾ ਕੋਈ ਜ਼ਰੂਰ ਉਦੋਂ ਬਾਅਦ ਸਾਨੂੰ ਦੂਏ ਤੀਏ ਫੋਨ ਆ ਜਾਂਦਾ ਵੀ ਭਾਈ ਤੁਹਾਡੇ ਪ੍ਰੋਗਰਾਮ ਕਰਕੇ ਮੈਂ ਬਚ ਗਿਆ ਔਰ ਮੈਨੂੰ ਜਿਹੜਾ ਫੋਨ ਆਇਆ ਸੀ ਅਤੇ ਮੈਂ ਤਾਂ ਫਿਰ ਪੰਜਾਬੀ ਜੀ ਸਿੱਧਾ ਹੀ ਹੋ ਰਿਹਾ ਵੀ ਸਿੱਧੀਆਂ ਗਾਲਾਂ ਗੁਲਾਂ ਕੱਢੀਆਂ ਅਤੇ ਫਿਰ ਉਹਨਾਂ ਨੇ ਮੁੜ ਕੇ ਸਾਨੂੰ ਫੋਨ ਨਹੀਂ ਆਇਆ। ਔਰ ਬਾਹਲੇ ਲੋਕ ਅਸੀਂ ਆਮ ਤੌਰ 'ਤੇ ਠੱਗੀ ਵੱਜਦੀ ਹੈ ਦੋ ਤਰੀਕਿਆਂ ਨਾਲ, ਦੋ ਚੀਜ਼ਾਂ ਹੁੰਦੀਆਂ, ਦੋ ਚੀਜ਼ਾਂ ਤੋਂ ਇੱਕ ਚੀਜ਼ ਆਉਂਦੀ ਹੈ ਜਦੋਂ ਅਸੀਂ ਠੱਗੇ ਜਾਂਦੇ ਹਾਂ। ਇੱਕ ਹੈਗਾ ਲਾਲਚ, ਪਹਿਲਾਂ ਸਭ ਤੋਂ ਜਦੋਂ ਸਾਨੂੰ ਕੋਈ ਲਾਲਚ ਦਿੰਦਾ, ਤੁਹਾਨੂੰ ਕੋਈ ਕਹਿੰਦਾ ਤੁਹਾਡੇ ਕ੍ਰੈਡਿਟ ਕਾਰਡ ਜਿਹੜੇ ਹੈਗੇ ਨੇ ਜੀ ਅਸੀਂ ਸਾਰੇ ਬਿੱਲ ਭਰਾਂਗੇ, ਤੁਸੀਂ ਸਿਰਫ ਅੱਧੇ ਪੈਸੇ ਦੇਣੇ ਆ, ਬਾਕੀ ਸਾਰੇ ਅਸੀਂ ਦੇ ਦੇਣੇ ਹੈਗੇ ਆ, ਤੁਹਾਡੇ 0-0-0 ਬੈਲੈਂਸ ਆ ਜਾਏਗਾ। ਅਤੇ ਇੱਕ ਲਾਲਚ ਅਤੇ ਦੂਜਾ ਡਰ, ਕਿਸੇ ਨੂੰ ਡਰਾ ਕੇ ਧਮਕਾ ਕੇ ਵੀ ਤੈਨੂੰ ਅੰਦਰ ਕਰ ਦੇਣਾ, ਇਹ ਕਰ ਦੇਣਾ। ਅਤੇ ਬਾਬੇ ਜਿਹੜੀਆਂ ਠੱਗੀਆਂ ਮਾਰਦੇ ਨੇ, ਬਹੁਤ ਵੱਡੀਆਂ ਵੱਡੀਆਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਬਾਬਿਆਂ ਠੱਗੀਆਂ, ਉਹ ਵੀ ਡਰਾ ਕੇ ਮਾਰਦੇ ਨੇ, ਉਹ ਰੱਬ ਤੋਂ ਡਰਾਉਂਦੇ ਨੇ, ਆਹ ਹੋ ਜੂਗਾ, ਫਲਾਨਾ ਹੋ ਜੂ, ਤਿਮਕੜਾ ਹੋ ਜੂ, ਤਿਰਤ ਤਾਂ ਗ੍ਰਾਹੀ ਬੜਾ ਭਾਰਾ, ਜਿਹੜਾ ਸੋਨਾ ਪਾਇਆ ਨੇ ਤਾਂ ਤੇਰੀ ਜਾਨ ਲੈ ਜਾਣੀ ਆ, ਇਹਨੂੰ ਪਾਣੀ 'ਚ ਵਹਾ ਦਿਓ, ਇਹ ਕਰ ਦਿਓ, ਵੋ ਕਰ ਦਿਓ। ਡਰ ਜਾਂ ਲਾਲਚ, ਦੋ ਚੀਜ਼ਾਂ ਨਾਲ ਠੱਗੀਆਂ ਵੱਜੀਆਂ, ਦੋ ਤਰੀਕੇ ਦੇ ਨਾਲ। ਤੁਹਾਡੇ ਨਾਲ ਕਿਸ ਤਰ੍ਹਾਂ ਠੱਗੀ ਵੱਜੀ ਹੈ, ਤੁਹਾਡੇ ਕਿਸੇ ਯਾਰ ਦੋਸਤ ਨਾਲ ਕਿਸ ਤਰ੍ਹਾਂ ਠੱਗੀ ਵੱਜੀ ਹੈ, ਜ਼ਰੂਰ ਸਾਂਝੀ ਕਰ ਸਕਦੇ ਹੋ ਗੱਲਬਾਤ। ਤੁਹਾਡੇ ਆਲੇ ਦੁਆਲੇ ਕਿਸੇ ਨੇ ਠੱਗੀ ਵੱਜੀ ਹੋਵੇ, ਜ਼ਰੂਰੀ ਨਹੀਂ ਸਾਡੀ ਕਮਿਊਨਿਟੀ ਦੇ ਵਿੱਚ ਹੀ ਠੱਗੀਆਂ ਵੱਜਦੀਆਂ, ਠੱਗੀਆਂ ਹਰ ਕਮਿਊਨਿਟੀ 'ਚ ਵੱਜਦੀਆਂ। ਠੱਗ ਜਿਵੇਂ ਕਹਿੰਦੇ ਨਾ, ਸਭ ਨੂੰ ਇੱਕ ਨਜ਼ਰ ਨੇ ਦੇਖਦੇ, ਜਿਹੜਾ ਠੱਗਿਆ ਗਿਆ ਉਹ ਠੱਗਿਆ ਗਿਆ, ਜਿਹੜਾ ਬਚ ਗਿਆ ਉਹ ਬਚ ਗਿਆ। ਸਾਡਾ ਮਕਸਦ ਬਚਾਉਣਾ ਹੈ, ਚਾਹੇ ਉਹ ਠੱਗੀ 10 ਰੁਪਏ ਦੀ ਹੈ, ਚਾਹੇ 10,000 ਦੀ ਹੈ, ਚਾਹੇ 10 ਲੱਖ ਦੀ ਹੈ, ਕਿਸੇ ਵੀ ਤਰ੍ਹਾਂ ਦੀ ਠੱਗੀ ਤੁਹਾਡੇ ਨਾਲ। ਇੱਕ ਹੋਰ ਠੱਗੀ ਜਿਹੜੀ ਸਾਡੇ ਦਰਸ਼ਕਾਂ ਨੇ ਪਿੱਛੇ ਸਾਂਝੀ ਕੀਤੀ ਸੀ, ਉਹ ਤੋਂ ਕਾਲਾਂ ਬਹੁਤ ਸੀ, ਉਦੋਂ ਲੈਣੀ ਹੋਈਆਂ ਸੀ। ਇੰਡੀਆ ਦੇ ਵਿੱਚ ਇੱਕ ਠੱਗੀ ਵੱਜ ਰਹੀ ਹੈ, ਤੁਹਾਡੇ ਬੈਂਕ ਅਕਾਊਂਟ 'ਚੋਂ ਰਾਤ ਨੂੰ ਟਨ ਦੇ ਨਹੀਂ ਨਿਕਲ ਜਾਂਦਾ 70-80 ਹਜ਼ਾਰ ਰੁਪਇਆ, ਹੋਰ ਕੋਈ ਸੁਣਵਾਈ ਨਹੀਂ, ਬੈਂਕ 'ਚ ਫੋਨ ਕਰਦੇ ਹੋ, ਉਹ ਕਹਿੰਦੇ ਜੀ ਪਤਾ ਨਹੀਂ ਜੀ, ਦੇਖ ਲੈਂਦੇ ਹਾਂ ਜੀ। ਉਹ ਮੁੱਖ ਦੀ ਗੱਲ ਇਹ, ਮਿਲੇ ਹੁੰਦੇ ਸਾਰੇ,
ਚਲੋ ਆਪਾਂ ਤੁਹਾਡੀਆਂ ਕਾਲਾਂ ਲਵਾਂਗੇ ਜੀ ਬ੍ਰੇਕ ਤੋਂ, ਫਿਲਹਾਲ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂ ਦਵਿੰਦਰ ਹੋਠੀ ਜੀ ਆ ਗਿਆ, ਉਹਦੀ ਕਵਿਤਾ ਕੋਈ ਹੋਈ ਸੁਣਨ ਵਾਲੀ ਤਾਂ ਸੁਣ ਲਾਂਗੇ, ਨਹੀਂ ਤਾਂ ਫਿਰ ਆਪਾਂ ਤੁਹਾਡੇ ਨਾਲ ਕਾਲਾਂ ਕਰਕੇ ਗੱਲਬਾਤ ਕਰਾਂਗੇ। ਫਿਲਹਾਲ ਬ੍ਰੇਕ ਲੈਣ ਦੇਖਦੇ ਰਹੋ ਜਸਟ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਇੱਕ ਵਾਰ ਫਿਰ, ਅਤੇ ਨਾਲ ਦੇ ਨਾਲ ਦਵਿੰਦਰ ਹੋਠੀ ਸਾਡੇ ਨਾਲ ਫੋਨ 'ਤੇ ਜੁੜੇ ਨੇ ਅਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਨਾਲ ਦੇ ਨਾਲ ਤੁਹਾਡੀਆਂ ਕਾਲਾਂ ਵੀ ਕਾਫੀ ਸਾਰੀਆਂ ਆਈਆਂ ਨੇ, ਕੱਲ੍ਹ ਵੀ ਬਹੁਤ ਸਾਰੀਆਂ ਕਾਲਾਂ ਜਿਹੜੀਆਂ ਉਹ ਪੈਂਡਿੰਗ ਰਹਿ ਗਈਆਂ ਸੀਗੀਆਂ, ਅਤੇ ਅੱਜ ਵੀ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਕਾਲਾਂ ਲੈਣ ਦੀ। ਪਰ ਫਿਲਹਾਲ ਪਹਿਲਾਂ ਦਵਿੰਦਰ ਹੋਠੀ ਸਾਹਿਬ ਨੂੰ ਨਪਾ ਲਈਏ ਅਤੇ ਉਸ ਤੋਂ ਬਾਅਦ ਆਪਾਂ ਬਾਕੀ ਗੱਲ ਕਰਦੇ ਹਾਂ। ਹਾਂਜੀ ਦਵਿੰਦਰ ਜੀ, ਕੀ ਹਾਲ ਚਾਲ ਹੈ? ਸਵਾਗਤ। ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਵਧੀਆ, ਥੈਂਕ ਯੂ ਸੋ ਮਚ। ਵਾਹ ਜੀ ਵਾਹ। ਅੱਜ ਕੀ ਪੜ੍ਹ ਲਿਆ ਤੁਹਾਜੋ ਹੈ? ਪਾਕਿਸਤਾਨ ਦੀ ਜਿਹੜੀ ਮੈਂ ਗੱਲ ਸੁਣਾਈ ਆ, ਇਹ ਤਾਂ ਔਨ ਡਿਮਾਂਡ ਔਨ ਡਿਮਾਂਡ ਰੱਖਿਆ, ਜਦ ਵਿਸ਼ਾ ਵੀ ਔਨ ਡਿਮਾਂਡ ਆ ਤੇ ਗੱਲ ਵੀ ਦੁਬਾਰਾ ਔਨ ਡਿਮਾਂਡ ਸੁਣਾਈ ਸੀ। ਭੁੱਲ ਗਿਆ ਉਧਰ, ਏਦਾਂ ਕੰਮ ਇੰਨਾ ਜ਼ਿਆਦਾ ਸੀ ਅੱਜ। ਨਹੀਂ ਨਹੀਂ ਮੈਨੂੰ ਵੀ, ਸਾਨੂੰ ਬਹੁਤ ਫੋਨ ਆ ਰਹੇ, ਸਾਨੂੰ ਅੱਜ ਬਹੁਤ ਫੋਨ ਆਉਣੇ। ਅੱਜ ਕਿਮੀ ਵਰਮਾ ਨੇ ਉਹਨਾਂ ਕੀਤੀ ਸੀ ਖਿੜੀ ਦੁਪਹਿਰ ਦੇ ਵਿੱਚ ਇੰਟਰਵਿਊ, ਉਸ ਤੋਂ ਬਾਅਦ ਮੈਨੂੰ ਬਹੁਤ ਫੋਨ ਆਏ ਜੀ, ਇਨਫੋਰਮੇਸ਼ਨ ਹੋਰ ਚਾਹੀਦੀ ਆ। ਇੱਕ ਸਾਨੂੰ ਮੈਂ ਦੱਸ ਦੇਵਾਂ ਸਾਡੇ ਦਰਸ਼ਕਾਂ ਨੂੰ ਵੀ, ਇਹ ਆ ਪਰਸੋਂ ਯਾਨੀ ਕਿ ਸ਼ਨੀਵਾਰ ਇੱਥੇ ਸਾਡਾ ਸਟੂਡੀਓ ਹੈਗਾ ਲੈਥਰੋਪ I5 ਦੇ ਉੱਪਰ ਹੀ ਹੈਗਾ। ਫੋਨ ਕਰਕੇ ਫੋਨ ਨੰਬਰ ਲੈ ਸਕਦੇ ਹੋ ਜਾਂ ਕੁਛ ਵੀ ਗੱਲ ਕਰ ਸਕਦੇ ਹੋ, ਮੇਰਾ ਫੋਨ ਨੰਬਰ ਸਭ ਕੋਲ ਹੈਗਾ ਹੀ ਆ। ਅਤੇ ਲੈਥਰੋਪ ਸਟੂਡੀਓ ਦੇ ਵਿੱਚ ਅਸੀਂ 24 ਜੁਲਾਈ ਨੂੰ ਪਰਸਨ ਨੂੰ ਯਾਨੀ ਕਿ ਸ਼ਨੀਵਾਰ ਨੂੰ ਇੱਕ ਰੱਖਿਆ ਮੀਟ ਐਂਡ ਗਰੀਟ ਕਹਿ ਲਓ ਚਾਹੇ ਆਡੀਸ਼ਨ ਕਹਿ ਲਓ। ਆਡੀਸ਼ਨ ਅਸੀਂ ਇਸ ਕਰਕੇ ਨਹੀਂ ਕਹਿ ਰਹੇ ਵੀ ਇਹ 'ਚ ਸਿਰਫ ਪਾਰਟੀਸਪੈਂਟ ਜਿਹੜੇ ਹੈਗੇ ਨੇ ਉਹੀ ਨਹੀਂ ਆ ਰਹੇ ਜਿਨ੍ਹਾਂ ਨੇ ਪਾਰਟੀਸਪੇਟ ਕਰਨਾ, ਉਹੀ ਨਹੀਂ ਲੇਡੀਜ਼ ਜਾਂ ਕੁੜੀਆਂ ਆ ਰਹੀਆਂ, ਬੀਬੀਆਂ ਭੈਣਾਂ, ਇਹਦੇ ਸਾਰੇ ਹੀ ਆ ਰਹੇ ਨੇ, ਦੋਸਤ ਮਿੱਤਰ ਸਾਡੇ ਜਿਹੜੇ ਨੇ ਉਹ ਵੀ ਆ ਰਹੇ ਨੇ ਇੱਥੇ ਸਾਰੇ। ਈਵਨ ਇੱਥੋਂ ਦੇ ਹਾਂ ਇੱਥੋਂ ਈਵਨ ਲੈਥਰੋਪ ਦੇ ਮੇਅਰ ਸਾਹਿਬ ਆ ਰਹੇ ਨੇ ਬੈਸਟ ਵਿਸ਼ੇ ਦੇਣ ਵਾਸਤੇ। ਅਤੇ ਇਸ ਮੈਂ ਸਾਡੇ ਦਰਸ਼ਕ ਨੂੰ ਕਹਿੰਦੇ ਵੀ 24 ਨੂੰ ਹੈਗਾ ਅਤੇ ਉਹਦੀ ਰਿਕੁਆਇਰਮੈਂਟ ਪੁੱਛਦੇ ਨੇ ਸਾਨੂੰ, ਬਹੁਤ ਸਾਰੀਆਂ ਲੇਡੀਜ਼ ਦੇ ਫੋਨ ਆਉਂਦੇ ਨੇ ਵੀ ਭਾਈ ਰਿਕੁਆਇਰਮੈਂਟ ਕੀ ਹੈ ਉਹਦੇ 'ਚ ਹੈ ਜੀ। ਹਾਂ ਬੜੇ ਫੋਨ ਆਉਂਦੇ ਨੇ, ਰਿਕੁਆਇਰਮੈਂਟ ਕੀ ਹੈ, ਰਿਕੁਆਇਰਮੈਂਟ ਕੀ ਹੈ ਉਹਦੇ 'ਚ ਹੈ ਜੀ। ਮਿਸ ਪੰਜਾਬਣ ਲਈ ਹੈ, ਹਾਂ ਮਿਸ ਪੰਜਾਬਣ ਵਾਸਤੇ। ਤਾਂ ਇਹ ਹੈ ਕਿ ਕੁੜੀ ਜਿਹੜੀ ਹੈ ਉਹਦਾ ਕੋਈ ਨਾ ਕੋਈ ਪੰਜਾਬੀ ਜਾਂ ਪੇਰੈਂਟਸ ਮੰਮੀ ਜਾਂ ਪੰਜਾਬੀ ਹੋਣੀ ਚਾਹੀਦੀ ਜਾਂ ਡੈਡੀ ਪੰਜਾਬੀ ਹੋਣਾ ਚਾਹੀਦਾ। ਮਤਲਬ ਮੁੱਕਦੀ ਗੱਲ ਜਿਹੜਾ ਵਿਰਸਾ ਸਾਡਾ ਵਿਰਸਾ ਸਾਡੀ ਸ਼ਾਨ ਸਾਡਾ ਵਿਰਸਾ ਵਿਰਸਾ ਸਾਡੀ ਸ਼ਾਨ, ਇਹ ਸਲੋਗਨ ਰੱਖਿਆ ਪੰਜਾਬੀ ਕਰਕੇ ਵੀ ਪੰਜਾਬੀ ਬੱਚਿਆਂ ਨੂੰ ਹੀ ਜ਼ਿਆਦਾ ਨਹੀਂ ਪੰਜਾਬੀ ਨਹੀਂ ਪੰਜਾਬੀ ਜ਼ਿਆਦਾ ਨਹੀਂ ਬੋਲਣੀ ਆਉਂਦੀ ਕੋਈ ਨਹੀਂ, ਪਰ ਪੇਰੈਂਟਸ ਦੇ ਵਿੱਚੋਂ ਜਾਂ ਕੋਈ ਮੰਮੀ ਵਾਲੇ ਪਾਸੇ ਤੋਂ ਜਾਂ ਡੈਡੀ ਵਾਲੇ ਪਾਸੋਂ ਪੰਜਾਬੀ ਚਾਹੀਦੇ ਨੇ। ਮਿਸ ਪੰਜਾਬਣ ਲਈ, ਮਿਸਿਜ ਪੰਜਾਬਣ ਲਈ ਕੋਈ ਰਿਕੁਆਇਰਮੈਂਟ ਨਹੀਂ ਹੈ, ਚਾਹੇ ਉਹ ਸਿੰਗਲ ਹੈ, ਚਾਹੇ ਉਹ ਵਿਡੋ ਹੈ, ਚਾਹੇ ਮਤਲਬ ਮੈਰਿਡ ਹੈ, ਚਾਹੇ ਹਸਬੈਂਡ ਨਾਲ, ਮਤਲਬ ਕਿਤੇ ਉਹਨਾਂ ਵਾਸਤੇ ਕੋਈ ਬੰਦਿਸ਼ ਨਹੀਂ ਹੈਗੀ। ਕਿਉਂਕਿ ਅਸੀਂ ਕਈ ਵਾਰੀ ਕਹਿੰਦੇ ਜੀ ਉਹ ਮਿਸਿਜ ਪੰਜਾਬਣ ਜਿਹੜੀ ਆ ਉਹ ਮਿਸਿਜ ਹੈਗੀ ਆ ਹਸਬੈਂਡ ਨਹੀਂ, ਜਿਹੜੀਆਂ ਦੂਸਰੀਆਂ ਨੇ ਸਿੰਗਲ ਨੇ ਵਿਚਾਰੀਆਂ, ਅਸੀਂ ਪਹਿਲਾਂ ਵਿਸ਼ਾ ਕਿਤੇ ਸਿੰਗਲ ਮੋਮ ਨੇ ਜਾਂ ਵਿਡੋ ਨੇ ਤਾਂ ਉਹਨਾਂ ਨੂੰ ਵੀ ਪੂਰਾ ਹੱਕ ਹੈ, ਕੋਈ ਏਜ ਦੀ ਬੰਦਿਸ਼ ਨਹੀਂ ਹੈ ਸਾਨੂੰ ਅੱਜ ਦਵਿੰਦਰ, ਕੋਈ ਏਜ ਦੀ ਬੰਦਿਸ਼ ਨਹੀਂ ਸਾਨੂੰ ਅੱਜ। ਇੱਕ ਜਿਹੜਾ ਅੱਜ ਜਿਹਨਾਂ ਨੇ ਇੱਕ ਐਂਟਰੀ ਕਰਾਈ ਹੈ ਇੱਥੋਂ 67 ਸਾਲ ਆ ਕਹਿੰਦੇ ਜੀ ਮੇਰੀ ਉਮਰ 67 ਤਾਂ ਕਹਿੰਦੀ ਮੇਰੇ ਕਹੀ। ਦੂਜੀ ਅੱਗੇ ਗੱਲ ਸੁਣੋ, ਹਸਬੈਂਡ ਦੀ ਡੈਥ ਹੋ ਗਈ ਅਤੇ ਮੈਂ ਬੱਚੇ ਅਲੱਗ ਰਹਿੰਦੇ ਨੇ ਅਤੇ ਕਹਿੰਦੀ ਮੈਨੂੰ ਤਾਂ ਮੌਕਾ ਮਿਲਿਆ ਵਧੀਆ ਵੀ ਵਧੀਆ ਫੰਕਸ਼ਨ ਕਰਾਂਗੇ ਵੀ 67 ਸਾਲ। ਸੋ ਕੋਈ ਭਾਰ ਦੀ ਬੰਦਿਸ਼ ਨਹੀਂ ਕਹੀਆਂ। ਸਾਨੂੰ ਇੱਕ ਫੋਨ ਆਇਆ ਕਹਿੰਦੇ ਜੀ ਭਾਅ ਜੀ ਮੈਂ ਮੋਟੀ ਹਾਂ ਅਤੇ ਮੈਂ ਭਾਗ ਲੈ ਸਕਦੀ ਹਾਂ, ਕਹਿੰਦੇ ਜੀ ਮੋਟੀ ਪਤਲੀ ਦਾ ਕੋਈ ਮਤਲਬ ਨਹੀਂ ਮਿਸਿਜ ਪੰਜਾਬਣ ਦੇ ਵਿੱਚ। ਸਾਡੇ ਇਹੀ ਵਾਸਤੇ ਮੈਂ ਪੁੱਛਣ ਲੱਗਿਆ, ਸਾਡੇ ਜਵਾਨ ਦਾ ਭਾਬੀ ਉਹ ਮੈਨੂੰ ਸਪੈਸ਼ਲ ਉਹਨੇ ਕਿਹਾ ਕਹਿੰਦੇ ਜੱਗੀ ਭਾਅ ਜੀ ਨੂੰ ਪੁੱਛੀ ਵੀ ਉਹ ਤੁਹਾਡੇ ਦਾ ਕੋਈ ਸਾਈਟ ਨਹੀਂ ਹੈ। ਨਹੀਂ ਉਹਦਾ ਕੋਈ ਰਿਕੁਆਇਰ ਨਹੀਂ, ਦੇਖੋ ਜਿਹੜੇ ਰਾਊਂਡ ਹੋਣਗੇ ਉਹ ਤਾਂ ਆਪਾਂ ਨੂੰ ਫਾਲੋ ਕਰਨੇ ਪੈਣਗੇ, ਜਿਹੜਾ ਕੋਈ ਨੱਚਣ ਦਾ ਰਾਊਂਡ ਹੋਇਆ ਜਾਂ। ਅੱਛਾ ਇਹਦਾ ਕੋਈ ਪਤਾ ਨਹੀਂ ਫੀਸ ਕਿੰਨੀ ਆ ਜਾਂ ਐਪਲੀਕੇਸ਼ਨ ਕਿੱਥੇ ਕਿੱਦਾਂ ਸਬਮਿਟ ਕਰਨੀ ਕੁਛ ਇਹਦੇ ਬਾਰੇ? ਐਪਲੀਕੇਸ਼ਨ ਇੱਕ ਤਾਂ ਔਨਲਾਈਨ ਜਦੋਂ ਜਾਂਦੇ ਅਸੀਂ ਮਿਸ ਐਂਡ ਮਿਸਿਜ ਪੰਜਾਬਣ USA ਪਾਉਂਦੇ ਤਾਂ ਉੱਥੇ ਸਾਰੀ ਡਿਟੇਲ ਹੈਗੀ ਆ। ਅਤੇ ਬਾਕੀ ਫੀਸ ਦੀ ਜਿਹੜੀ ਗੱਲ ਕੀਤੀ ਹੈ, ਦੇਖੋ ਭਾਈ ਕੋਈ ਡਾਕਟਰ ਜਦੋਂ ਪ੍ਰੋਗਰਾਮ ਕਰਦਾ ਉਹਦੇ ਇਹ ਨਹੀਂ ਦੱਸਦਾ ਮੈਂ ਇੰਨੀ ਫੀਸ ਲੈਂਦਾ, ਕੰਸਲਟੇਸ਼ਨ ਫ੍ਰੀ ਹੈ ਅਤੇ ਦਵਾਈ ਦੇਣ ਦੀ ਫੀਸ ਹੈ। ਹਾਂ ਨਹੀਂ ਇਹਦਾ ਫੀਸ ਤਾਂ ਹੈਗੀ ਹੈ, ਥੋੜ੍ਹੀ ਜਿਹੀ ਜਾਇਜ਼ ਜਿਹੀ ਫੀਸ ਰੱਖੀ ਹੋਈ ਹੈ। ਉਹ ਫੋਨ ਕਰ ਪਰਸੋਂ ਆ ਜਾਓ ਜੇ ਕਿਸੇ ਦਾ
नहीं देखो परसों आओ, सारे काम खर्चे नाल ही हुंदे आ, परसों आओ तो जे नहीं मन मनू तो पार्टीसपेट ना करो, घट्टो घट मिल गए लो, रौनक मेला है। किमी जी ने आया ना परसों सवेरे अर्ली, तो असं 12 बजे तो 5 बजे तक रखे इतने शुगल मेला। चल यार वधिया कीता याद कराता, तो अपनी गल तो विचे रह गई ठगियां वाली। हाँ जी, हाँ जी ठगियां जी, पर यहो जे प्रोग्रामा के मामले भी बहुत ठगियां बजदियां। आप चलो आप सारे जानते हैं, किमी जी सारे जानते हैं, जस पंजाबी 14 साल तो लोग जानते हैं, पंजाबी लोग जुड़े बिल्कुल। पर यह भी जो ऑनलाइन बारों बारी चला के बारों बारी ऑनलाइन अवार्ड देते हैं, ऑनलाइन उन्होंने को जरूर बचना चाहिए जी। ये भी बहुत एक पॉइंट उठा लिया, यूनिवर्सिटियां नकली डिग्रियां बेची जाते हैं। नहीं सानू किसी ने कहा भी तुसी ओह भी यार उदो कितें इहदा बंदिश ना लग जाए, पर असी जो पता किया सर पता यही किया भी बंदिश जिहड़ी जिन्नी हुण हैगी आ ये दूनी वध सकदी भी 5,000 बंदा इनडोर इकट्ठा हो सकता, 10,000 आउटडोर हो सकता। असी बड़ा लंबा खिलारे वाला काम उत्थे नहीं रखना, उत्थे 700-800 दी वधिया स्टैंडर्ड दा काम रख के 700-800 सीटां वगैरह भर के बस उन्ना ही काम रखना। हाँ जी, हाँ जी। अच्छा कदे ठगी मैं हुण पुछण लगा ही सवाल, पर मैं कहना ना ही पुछा भाई तुहाडे मैं भी यही पुछण लगा ठगी वजी कि नहीं वजी। चलो ये आप सवाल सगी वज गई कि बच गई मैसेज, चलो इन्ना ही पुछ लैने आ। ठगी वजी हो देखो हम तो जी ठगी जो एक गाह जो होना है इस टाइम से बड़ी हाईलाइट न्यूज चल रही है। तो इजराइल की एजेंसी ने जो बनाया है एक सॉफ्टवेयर भी सारा ही फोन तुम कुछ भी नहीं करने की लड़ एक बार मिस कर ली होनी है फोन से फोन च बन जाता तो मुड़ के फोन ही सारा ही हैक कर जाता जो कुछ भी सारा इजराइल में भेज दिता वो फिर जिन्हू चाहिए वह बेच दे राहुल गांधी का किया मोदी ने बड़े चलना वो बड़ा रौला पाया उसे इंडिया वो कहते जो जी करता ना पता नहीं होंगे कैमरा चला के वीडियो बना लेंगे कि टुकड़िया करना की करता पता नहीं लगता फोन मोड़े बंद होंगी स्क्रीन। मलकीत सिंह बेचारा मलकीत अपना सिंगर मलकीत तूतिया वाला हां हैक हो गए सारे अकाउंट अकूंट जो भी बेचारा कहता ध्यान रखो ध्यान रखो बिलकुल। चलो फिर कवते पासे चलिए ठगी दी करनी होर करो बिलकुल जिदा पहलू आप ठगिया की गल करते होंगे जो साध लुटते होंगे ना सच सलाम लगा मैं ठगा की मंडी का परली भाव के उत्ते साध बखंडी का जहाँ आप गल करते होंगे सब तो वड्डी ठगी हुंदी सी पंजाब दे विच जिहड़े के पिंडां दे विच सोना धोण वाले आउंदे सी सोना साफ करन वाले। तुहाडा कैमिकल नाल सोना साफ करदे ते ओह काफी वड्डे पद्धर ते ठगी हुंदी सी, थोड़ा थोड़ा सारिआं तों सोना सोना पन्नी के हिसाब नाल ओह लै जांदे सी। जेकर तेरे हाथ जे फोन ते हो गए रही हशियार पता नहीं किने किहड़े वेले किथों करनी मार जी। जिदा साडे गवांढियां नाल होई सी कहिंदा $300 दा लालच दे के ते लुट लैण 30,000 अगला शेर है कहिंदा जिदा जिदा वधी सहूलत ओदे वध गए पंगे जिदा जिदा वधी सहूलत ओदे वध गए पंगे गली बाती लुट लुट लैंदे आ तुहानू शातर बंदे जी। ਜਿੱਦਾਂ ਜਿੱਦਾਂ ਵਧੀ ਸਹੂਲਤ ਉਹਦੇ ਵਰਗੇ ਪੰਗੇ ਗੱਲੀ ਬਾਤੀ ਲੁੱਟ ਲੈਂਦੇ ਆ ਤੁਹਾਨੂੰ ਛਾਤਰ ਬੰਦੇ ਕਦੀ ਕਹਿਣਗੇ ਇਸ ਚੀਜ਼ ਤੇ ਲਓ ਇੰਨਾ ਡਿਸਕਾਊਂਟ ਬਸ ਇੱਕ ਵਾਰੀ ਜੇ ਗਲਤੀ ਨਾਲ ਤੁਸੀਂ ਦੇਤਾ ਉਹਨਾਂ ਨੂੰ ਕੌਂਟ ਬਸ ਫੇਰ ਮਾਰ ਕੇ ਧਰ ਦਿੰਦੇ ਆ ਤੇ ਕਰ ਦਿੰਦੇ ਆ ਨੰਗੇ ਅੱਜ ਕੱਲ੍ਹ ਤੁਹਾਨੂੰ ਏਡੇ ਲੁੱਟਦੇ ਫੋਨ ਤੇ ਲੁੱਟੂ ਬੰਦੇ ਜੀ ਬਿਲਕੁਲ ਬਿਲਕੁਲ ਜੀ।
ਕਈ ਵਾਰੀ ਕੰਪਿਊਟਰ ਤੇ ਹੈਕ ਕਰ ਲੈਂਦੇ ਆ ਹੈਕ ਕਈ ਵਾਰੀ ਕੰਪਿਊਟਰ ਹੈਕ ਕਰਕੇ ਸਾਰੀਆਂ ਤੁਹਾਡੀਆਂ ਫੋਟੋਆਂ ਕਰ ਲੈਂਦੇ ਕਈ ਵਾਰੀ ਕੰਪਿਊਟਰ ਤੁਹਾਡਾ ਕਰ ਲੈਂਦੇ ਆ ਹੈਕ ਫਿਰ ਕਰਦੇ ਤੁਹਾਨੂੰ ਬਲੈਕਮੇਲ ਤੇ ਮੰਗਦੇ ਤੁਹਾਡੇ ਤੋਂ ਕੈਸ਼ ਜੇਕਰ ਤੁਸੀਂ ਨਹੀਂ ਦਿੰਦੇ ਤਾਂ ਸਭ ਕੁਛ ਦੇਣ ਖਿਲਾਰ ਪਰ ਜੇਕਰ ਤੁਸੀਂ ਦਿੰਦੇ ਆ ਫਿਰ ਆਉਂਦੇ ਵਾਰ ਵਾਰ ਮੂੰਹ ਦੇ ਉੱਤੇ ਮਿੱਠੇ ਬਣਦੇ ਉਂਜ ਸਿਰੇ ਦੇ ਗੰਦੇ ਅੱਜ ਕੱਲ ਤੁਹਾਨੂੰ ਏਦਾਂ ਹੀ ਲੱਗਦੇ ਲੋਟੀ ਸ਼ਾਤਰ ਬੰਦੇ ਤੇ ਆਖਰੀ ਸ਼ੇਰ ਹੈ ਜੀ ਸੱਚੀ ਮੁੱਚੀ ਬਦਲੋ ਬਦਲੋ ਸੱਚੀ ਮੁੱਚੀ ਬਦਲੋ ਲੋਕੋ ਜੇਕਰ ਬਚਿਆ ਜਾਂਦਾ ਉਹਦੇ ਪੱਲੇ ਕੁਝ ਨੀ ਛੱਡਦੇ ਜਿਹੜਾ ਇਹਨਾਂ ਕੋਲ ਫਸਿਆ ਸੱਚੀ ਮੁੱਚੀ ਬਦਲੋ ਲੋਕੋ ਜੇਕਰ ਜਾਂਦਾ ਬਚਿਆ ਉਹਦੇ ਪੱਲੇ ਕੁਝ ਨੀ ਛੱਡਦੇ ਜਿਹੜਾ ਇਹਨਾਂ ਕੋਲ ਫਸਿਆ ਕੋਠੀ ਵੀ ਉਹਨਾਂ ਟੱਗਾਂ ਕੋਲ ਮਸੀ ਮਸੀ ਬਚਿਆ ਠੱਗੀ ਮਾਰਨ ਦਾ ਹਰ ਤਰੀਕਾ ਇਹਨਾਂ ਦੇ ਖੂਨ ਚ ਰਚਿਆ ਠੱਗੀ ਮਾਰਨ ਦਾ ਹਰ ਤਰੀਕਾ ਇਹਨਾਂ ਦੇ ਖੂਨ ਚ ਰਚਿਆ ਆਪਣੀ ਇਨਫੋ ਕੰਪਨੀ ਇਨਫੋ ਦੇ ਕੇ ਕਿਸੇ ਨੂੰ ਇਨਫੋਰਮੇਸ਼ਨ ਆਪਣੀ ਇਨਫੋ ਦੇ ਕੇ ਕਿਸੇ ਨੂੰ ਆਪ ਨਾ ਬੀਜੋ ਕੰਡੇ ਅੱਜ ਕੱਲ ਤੁਹਾਨੂੰ ਏਡੇ ਲੁੱਟਦੇ ਫੋਨ ਤੇ ਸ਼ਾਤਰ ਬੰਦੇ ਅੱਜ ਕੱਲ ਤੁਹਾਨੂੰ ਏਡੇ ਲੁੱਟਦੇ ਫੋਨ ਤੇ ਸ਼ਾਤਰ ਬੰਦੇ ਬਹੁਤ ਮਿਹਰਬਾਨੀ ਦਵਿੰਦਰ ਤੁਹਾਡਾ ਬਹੁਤ ਧੰਨਵਾਦ ਤੇ ਮਿਲਦੇ ਆ ਪਰਸੋਂ ਨੂੰ ਆ ਜਾਓ ਥੈਂਕ ਯੂ ਭਾਜੀ ਓਕੇ ਜੀ ਓਕੇ ਸਭ ਦਾ ਬਹੁਤ ਬਹੁਤ ਧੰਨਵਾਦ ਬ੍ਰੇਕ ਕਰ ਲੈਂਦੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਫਿਰ ਤੁਹਾਡੀਆਂ ਕਾਲਾਂ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਫਿਲਹਾਲ ਬ੍ਰੇਕ ਦੇਖਦੇ ਰਹੋ ਦਸ ਮਿੰਟ ਹਾਜ਼ਰ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੇ ਠੱਗੀਆਂ ਦੀ ਗੱਲ ਅੱਜ ਇੱਕ ਵਾਰ ਫਿਰ ਕਰ ਰਹੇ ਹਾਂ ਮੁੱਕਦੀ ਗੱਲ ਅਵੇਅਰ ਕਰ ਰਹੇ ਜਿਹੜੀਆਂ ਅੱਜ ਕੱਲ੍ਹ ਠੱਗੀਆਂ ਚੱਲ ਰਹੀਆਂ ਉਹਨਾਂ ਤੋਂ ਬੱਚਿਆ ਬਚਣਾ ਚਾਹੀਦਾ ਇੱਕ ਹੋਰ ਜਿਹੜੀ ਸਿਆਣੇ ਬੰਦੇ ਮਾਹਿਰ ਬੰਦੇ ਜਿਹੜੀ ਗੱਲ ਕਹਿੰਦੇ ਨੇ ਕਿ ਸਾਨੂੰ ਡੈਬਿਟ ਕਾਰਡ ਜਿਹੜਾ ਉਹ ਨਹੀਂ ਯੂਜ਼ ਕਰਨਾ ਚਾਹੀਦਾ ਕਿਸੇ ਸਟੋਰ 'ਤੇ ਬਾਹਰ ਕਿਤੇ ਵੀ ਡੈਬਿਟ ਕਾਰਡ ਨਾਲ ਸਾਡੀ ਸਾਰੀ ਇਨਫੋਰਮੇਸ਼ਨ ਚੱਲ ਜਾਂਦੀ ਹੈ ਕ੍ਰੈਡਿਟ ਕਾਰਡ ਅਗਰ ਅਸੀਂ ਯੂਜ਼ ਕਰਦੇ ਹਾਂ ਤਾਂ ਕ੍ਰੈਡਿਟ ਕਾਰਡ ਦੇ ਨਾਲ ਕੋਈ ਇਨਫੋਰਮੇਸ਼ਨ ਨਹੀਂ ਜਾਂਦੀ ਡੈਬਿਟ ਕਾਰਡ ਤੋਂ ਅਗਰ ਤੁਹਾਡਾ ਕੋਈ ਪੈਸਾ ਪੂਸਾ ਜਾਂਦਾ ਤਾਂ ਉਹਨੂੰ ਮੁੜ ਕੇ ਮੋੜਨਾ ਔਖਾ ਹੋ ਜਾਂਦਾ ਅਤੇ ਕ੍ਰੈਡਿਟ ਕਾਰਡ ਅਗਰ ਕੋਈ ਜਾਂਦਾ ਤਾਂ ਅਸੀਂ ਉਹ ਡਿਸਪਿਊਟ ਦੇ ਵਿੱਚ ਪਾ ਕੇ ਸਾਡੇ ਪੈਸੇ ਵਾਪਸ ਆ ਜਾਂਦੇ ਨੇ ਇੱਕ ਇਹ ਵੀ ਤਰੀਕਾ ਠੱਗੀਆਂ ਤੋਂ ਬਚਣ ਦਾ ਕੀ ਵਿਚਾਰ ਨੇ ਤੁਹਾਡੇ ਕਾਲਾਂ ਵਾਲੇ ਪਾਸੇ ਚੱਲਦੇ ਹਾਂ ਜੀ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਔਨ ਏਅਰ ਸਾਹਿਬ ਮਨਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ ਕੀ ਹਾਲ ਚਾਲ ਜੀ ਕਪਾਓ ਕੋਈ ਚਾਨਣਾ ਸਾਡੇ ਦਰਸ਼ਕਾਂ ਨੂੰ ਅਵੇਅਰ ਕਰੀਏ ਆਪਾਂ ਚਾਨਣਾ ਦਾ ਤੁਹਾਨੂੰ ਦੁਖੀ ਕਰ ਦਿੱਤਾ ਹੁਣ ਚਾਨਣਾ ਮੈਂ ਤਾਂ ਹੀ ਪਾਉਣਾ ਚਾਹੁੰਦਾ ਪਿਛਲੇ ਸਾਲ ਨਾ ਐਸ ਬੀ ਆਈ ਦਸਤਾ ਉਹ ਜਿਹੜਾ ਆਪਣਾ ਲੋਨ ਮਿਲਿਆ ਸੀਗਾ ਨਾ ਪੇ ਰੋਲ ਦਾ ਲੋਨ ਹਾਂਜੀ ਤੇ ਅਸੀਂ ਪਿਛਲੇ ਸਾਲ ਤੋਂ ਜਦੋਂ ਅਸੀਂ ਕਿਤੇ ਮੈਂ ਫੋਨ ਤੇ ਅਪਲਾਈ ਕੀਤਾ ਸੀ ਬੈਂਕ ਚ ਖੋਣ ਪੈਸੇ ਪਾ ਤੇ ਅੱਛਾ ਜੀ ਤੇ ਬਾਅਦ ਚੋਂ ਨਹੀਂ ਕਿਹਾ ਸਾਲ ਲਈ ਫਿਰ ਦੋ ਸਾਲ ਲਈ ਵੀ ਐਂਟਰ ਉਹ ਜਾਣੇ ਪਿਆ ਕੋਈ ਕੋਈ ਨਹੀਂ ਹੈ ਤੇ ਐਤਕੀ ਹੈ ਨਾ ਜਦੋਂ ਸਾਲ ਆ ਜਦੋਂ ਅਪਲਾਈ ਕੀਤਾ ਤੇ ਦੂਜੀ ਵਾਰ ਫਿਰ ਉਹ ਵੀ ਆਪਸ਼ਨ ਆਈ ਵੀ ਅਪਲਾਈ ਕਰ ਦੋ ਅਪਲਾਈ ਕੀਤਾ ਤੇ ਉਹਦੇ ਵਿੱਚ ਪ੍ਰਾਈਵੇਟ ਕੰਪਨੀਆਂ ਉਹਨੂੰ ਠੇਕਾ ਕਹਾਂ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਅੱਛਾ ਜੀ ਉਹ ਚ ਕੀ ਹੋਇਆ ਜੋ ਇਨਫੋਰਮੇਸ਼ਨ ਭਰੀ ਤੇ ਬਾਅਦ ਐਂਡ ਤੇ ਗਏ ਤੇ ਮੇਰਾ ਫੋਨ ਹਰ ਦਸ ਪੰਦਰਾਂ ਆਉਂਦੇ ਆ ਸਾਡੇ ਕੋਲ ਲੋਨ ਲੈਣਾ ਐਸ ਬੀ ਆਈ ਐਸ ਮੈਂ ਕਿਹਾ ਮੈਨੂੰ ਲੋਨ ਨਹੀਂ ਚਾਹੀਦਾ ਲੋਨ ਨਹੀਂ ਚਾਹੀਦਾ ਮੈਨੂੰ ਪਤਾ ਮੈਨੂੰ ਨਹੀਂ ਮਿਲ ਸਕਦਾ ਐਸ ਬੀ ਏ ਲੋਨ ਤੇ ਉਹ ਕੀ ਕਹਿੰਦੇ ਫੋਨ ਤੇ ਇਹ ਵੀ ਇੱਕ ਬਹੁਤ ਵਧੀਆ ਪੁਆਇੰਟ ਆ ਬਹੁਤ ਵਧੀਆ ਗੱਲ ਹੈਗੀ ਆ ਕਿਉਂਕਿ ਬਹੁਤ ਲੋਕਾਂ ਨੂੰ ਫੋਨ ਆ ਰਹੇ ਜਿਹੜੇ ਫੋਨ ਆਉਂਦੇ ਆ ਜੀ ਉਹ ਕੀ ਕਹਿੰਦੇ ਵੀ ਤੁਸੀਂ ਸਾਨੂੰ ਕੁਝ ਪੈਸੇ ਦਿਓ ਤੇ ਅਸੀਂ ਤੁਹਾਨੂੰ ਲੋਨ ਦਵਾ ਦਿੰਦੇ ਹਾਂ ਉਹ ਬਹੁਤ ਕੁਝ ਕਹਿੰਦੇ ਆ ਉਹ ਕਹਿੰਦੇ ਤੁਹਾਨੂੰ 100% ਅਸੀਂ ਦਵਾ ਦੇਵਾਂਗੇ ਆਹ ਕਰ ਦੇਵਾਂਗੇ ਆਹ ਕਰ ਦੇਵਾਂਗੇ ਉਹ ਪ੍ਰੋਬਲਮ ਕੀ ਆ ਉਹ ਫੋਨ ਆ ਕਿਉਂਕਿ ਜੇ ਤੁਹਾਡੀ ਉਹਨਾਂ ਕੋਲ ਇਨਫੋਰਮੇਸ਼ਨ ਚੱਲ ਗਈ ਕਾਲ ਕਰੋ ਅੱਛਾ ਜੀ ਮੈਂ ਜਦ ਆਪਣੇ ਅਕਾਊਂਟ ਨੂੰ ਮੈਂ ਸਕੈਨ ਕੀਤਾ ਭੇਜਤਾ ਮੈਂ ਕਿਹਾ ਤੁਹਾਨੂੰ ਲੈਟਰ ਆਇਆ ਵੀ ਤੂੰ ਚੈੱਕ ਕਰ ਵੀ ਕੀ ਚੱਕਰ ਆ ਉਹ ਗੋਰੀ ਦੋ ਦਿਨ ਲੱਗੀ ਰਹੀ ਬਾਅਦ ਚ ਕਹਿੰਦੀ ਆ ਨੰਬਰ ਵੀ ਫਰੋਡ ਆ ਤੇਰਾ ਲੈਟਰ ਵੀ ਫਰੋਡ ਆ ਕਹਿੰਦੀ ਇਹਦਾ ਜਿਹੜੀ ਇਨਫੋਰਮੇਸ਼ਨ ਆ ਭਰ ਕੇ ਭੁੱਲ ਕੇ ਨਾ ਭੇਜ ਦੇ ਇਹ ਬਹੁਤ ਆਉਂਦੇ ਆ ਜੀ ਬਹੁਤ ਬਹੁਤ ਆਉਂਦੇ ਨੇ ਮੈਂ ਇੱਥੇ ਕਰ ਲਿਆ ਮੈਂ ਕਰ ਲਿਆ ਤੇ ਮੈਨੂੰ ਦੱਸਤਾ ਸੀ ਸਾਡੇ ਮੋਰਗੇਜ ਵਾਲੇ ਬੰਦੇ ਨੇ
ਵੀ ਚਿੱਠੀਆਂ ਬਹੁਤ ਆਉਣਗੀਆਂ ਵੀ ਤੇਰਾ 150 ਰਹਿੰਦਾ ਇੱਥੇ ਇਨਫੋਰਮੇਸ਼ਨ ਭਰ ਕੇ ਭੇਜੋ ਤੇਰਾ $50 ਰਹਿੰਦੇ ਨੇ ਬਹੁਤ ਛੋਟੀ ਅਮਾਊਂਟ ਹੋਊਗੀ ਜਿਹੜਾ ਬੰਦਾ ਕਹੂਗਾ ਵੀ ਭਾਈ ਇਹ ਤਾਂ ਕੋਈ ਗੱਲ ਨਹੀਂ ਕਿੱਡੀ ਗੱਲ ਹੈ ਯਾਰ ਭੇਜ ਦੀਏ ਕੱਲ ਨੂੰ ਪੰਗਾ ਨਾ ਪੈ ਜੇ ਤੇ ਉਹ ਭੇਜਣੀ ਨਹੀਂ ਬਿਲਕੁਲ ਇਨਫੋਰਮੇਸ਼ਨ ਨਹੀਂ ਭੇਜਣੀ ਉਹਨਾਂ ਨੂੰ ਵਾਪਸ ਕਿਸੇ ਨੂੰ ਚਲੋ ਜੀ ਬਹੁਤ ਚੰਗਾ ਤੁਸੀਂ ਦੱਸਿਆ ਐਸ ਬੀ ਏ ਲੋਨ ਜਿਹੜਾ ਐਸ ਬੀ ਏ ਲੋਨ ਹੈਗਾ ਪੇਰੋਲ ਵਾਲਾ ਐਸ ਬੀ ਏ ਲੋਨ ਦੇ ਫਿਰ ਇੱਕ ਚਿੱਠੀ ਆਉਂਦੀ ਹੈ ਫਿਰ ਇੱਕ ਚਿੱਠੀ ਵੀ ਆਉਂਦੀ ਆ ਐਫ ਐਚ ਐਨ ਏ ਕੁਛ ਏਦਾਂ ਦੀ ਚਿੱਠੀ ਆਉਂਦੀ ਆ ਫਿਰ ਤੁਸੀਂ ਵੀ ਇਸ ਨੰਬਰ ਤੇ ਜਿੱਦਾਂ ਹੁਣ ਮੇਰੇ ਘਰ ਤੇ ਲੋਨ ਨਹੀਂ ਇੰਨੀਆਂ ਚਿੱਠੀਆਂ ਹੋਏ ਮੈਂ ਤਾਂ ਖੋਲਦਾ ਵੀ ਬਾਹਰ ਨਾ ਛੱਡ ਚਲੋ ਬਹੁਤ ਵਧੀਆ ਜੀ ਥੈਂਕ ਯੂ ਤੁਹਾਡਾ ਓਕੇ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਆਨੇ ਰਹੋ ਮਾਸੀ ਜੀ ਹੈਲੋ ਹੈਲੋ ਜੀ ਨਹੀਂ ਧਿਆਨ ਨਹੀਂ ਹੈ ਜੀ ਫੋਨ ਵੱਲ ਚਲੋ ਆਪਾਂ ਅਗਲੀ ਕਾਲ ਲੈਂਦੇ ਫਿਰ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ ਹਾਂਜੀ ਸਰਦਾਰ ਜਗਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਅਤੇ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਧੀਰ ਸਾਹਿਬ ਅੱਜ ਪ੍ਰੋਗਰਾਮ ਰੱਖਿਆ ਵੀ ਅਵੇਅਰ ਕਰਨ ਦਾ ਖਾਸ ਤੌਰ ਤੇ ਵੀ ਹਾਂਜੀ ਇਹ ਤਾਂ ਬਹੁਤ ਜ਼ਰੂਰੀ ਹੈ ਪਰ ਉਸ ਤੋਂ ਪਹਿਲਾਂ ਮੈਂ ਅੱਜ ਥੋੜ੍ਹੀ ਜਿਹੀ ਗੱਲ ਕਰਨੀ ਚਾਹੁੰਦਾ ਆਪਣੇ ਮਹਾਨ ਸਿੰਗਰ ਇੰਡੀਆ ਦੇ ਮੁਕੇਸ਼ ਦਾ ਜਨਮ ਦਿਨ ਹੈ ਹਾਂਜੀ 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 23 ਜੁਲਾਈ 1924 ਅੱਜ ਦਿਨ ਹੋਇਆ ਸੀ ਔਰ ਉਹਨਾਂ ਦਾ ਜਨਮ ਲੁਧਿਆਣੇ ਵਿੱਚ ਹੋਇਆ ਸੀ ਪੰਜਾਬੀ ਬੇਸਡ ਸੀ ਹਾਂਜੀ ਉਹਨਾਂ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਸੀ ਉਸ ਵੇਲੇ ਇੰਡੀਅਨ ਨੈਸ਼ਨਲ ਰੇਲਵੇ ਕਹਿੰਦੇ ਹੁੰਦੇ ਸੀ ਉਹਦੇ ਵਿੱਚ ਕੰਮ ਕਰਦੇ ਸੀ ਜੀ ਉਹ ਜਦੋਂ ਫਿਰ ਇਹ 4 ਸਾਲ ਹੋਏ ਫਿਰ ਲੁਧਿਆਣੇ ਤੋਂ ਦਿੱਲੀ ਉਹ ਚਲੇ ਗਏ ਸੀ ਫਿਰ ਦਿੱਲੀ ਇਹਨਾਂ ਦਾ ਸਾਰਾ ਪਾਲਣ ਪੋਸ਼ਣ ਹੋਇਆ ਜੀ ਜੀ ਉਦੋਂ ਬਾਅਦ ਫਿਰ ਜਦੋਂ 1945 ਦੇ ਵਿੱਚ ਇਹ ਗਏ ਸੀ ਐਕਟਰ ਬਣਨ ਵਾਸਤੇ ਬੰਬਈ ਪਰ ਇਹ ਬਣ ਗਏ ਸਿੰਗਰ ਇਹਨਾਂ ਦੀ ਜਿਹੜੀ ਸ਼ਕਲ ਸੀ ਉਹ ਬਹੁਤ ਸੋਹਣੀ ਸੀ ਤਕਰੀਬਨ ਰਾਜ ਕਪੂਰ ਸਾਹਿਬ ਨਾਲ ਮਿਲਦੀ ਜੁਲਦੀ ਸੀ ਕਾਫੀ ਅੱਖਾਂ ਵੀ ਇਹਨਾਂ ਦੀਆਂ ਬਿੱਲੀਆਂ ਸੀ ਇਹਨਾਂ ਦੇ ਗਾਂ ਮੁੰਡੇ ਦੀਆਂ ਵੀ ਅੱਖਾਂ ਬਿੱਲੀਆਂ ਸੀ ਨੀਲ ਨਿਤਿਨ ਮੁਕੇਸ਼ ਹਾਂਜੀ ਮੜਾ ਹੋਲਡ ਰੱਖੋ ਹਾਂਜੀ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਆਪਣੇ ਆਪਣੇ ਮਹਾਨ ਐਕਟਰ ਨੇ ਪੰਜਾਬ ਦੇ ਜੀ ਧਰਮਿੰਦਰ ਸਾਹਿਬ ਉਹਨਾਂ ਦੀ ਜਿਹੜੀ ਪਹਿਲੀ ਫਿਲਮ ਆਈ ਸੀ ਨਾ ਦਿਲ ਵੀ ਤੇਰਾ ਹਮ ਵੀ ਤੇਰੇ ਜੀ ਉਹਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਗਾਣਿਆਂ ਦੀ ਸ਼ੁਰੂਆਤ ਹੀ ਧਰਮਿੰਦਰ ਸਾਹਿਬ ਦੇ ਗੀਤਾਂ ਦੀ ਮੁਕੇਸ਼ ਦੇ ਗੀਤ ਤੋਂ ਹੋਈ ਸੀ ਮੁਝਕੋ ਇਸ ਰਾਤ ਕੀ ਤਨਹਾਈ ਮੇਂ ਆਵਾਜ਼ ਨਾ ਦੋ ਜਿਸਨੇ ਆਵਾਜ਼ ਰੁਲਾ ਦੀ ਹੈ ਸਾਜ਼ ਨਾ ਦੋ ਕਹਿੰਦੀ ਉੱਥੋਂ ਸ਼ੁਰੂ ਹੋਈ ਸੀ ਤੇ ਉਹਦੇ ਵਿੱਚ ਬਲਰਾਜ ਸਾਹਨੀ ਵੀ ਸੀ ਫਿਰ ਇਹਨਾਂ ਦੇ ਰਾਜ ਕਪੂਰ ਸਾਹਿਬ ਦੇ ਨਾਲ ਬਹੁਤ ਪਿਆਰ ਸੀ ਇਹਨਾਂ ਦਾ ਰਾਜ ਕਪੂਰ ਸਾਹਿਬ ਦੀਆਂ ਸ਼ੁਰੂ ਤੋਂ ਫਿਲਮਾਂ ਆਗ ਆਨ ਅਵਾਰਾ ਉਹਨਾਂ ਦੀ ਸ਼ੁਰੂਆਤ ਲਗਾਤਾਰ ਤੇ ਚਲੋ ਚਾਲ ਹੋਈ ਤੇ 1974 ਦੇ ਵਿੱਚ ਇਹਨਾਂ ਦਾ ਟੋਰਾਂਟੋ ਦੇ ਵਿੱਚ ਸ਼ੋ ਹੋਇਆ ਸੀ ਲਤਾ ਮੰਗੇਸ਼ਕਰ ਦਰਸ਼ਨ ਸੋਤਾ ਜੀ ਨੇ ਕਰਵਾਇਆ ਸੀ ਉਹ ਆਏ ਸੀ ਤੇ ਮੈਂ ਉਹ ਸ਼ੋ ਦੇਖਿਆ ਸੀ ਫਿਰ 1976 ਦੇ ਵਿੱਚ ਫਿਰ ਨੌਰਥ ਅਮੈਰੀਕਾ ਚ ਆਏ ਉਦੋਂ ਤਾਂ ਮੈਂ ਸ਼ੋ ਨਹੀਂ ਦੇ ਸਕਿਆ ਟੋਰਾਂਟੋ ਜੀ ਹੋਇਆ ਸੀ ਕਿਉਂਕਿ ਮੈਂ ਇੱਥੇ ਆਇਆ ਨਹੀਂ ਸੀ ਤੇ ਡੈਟਰੋਇਟ ਦੇ ਵਿੱਚ ਇਹਨਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ ਡੈਟਰੋਇਟ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਤੇ ਇਹਨਾਂ ਦੇ ਗੀਤ ਬਹੁਤ ਹੀ ਮਿੱਠੀ ਆਵਾਜ਼ ਬਹੁਤ ਹੀ ਸੁਰ ਵਾਲੇ ਤੇ ਬਹੁਤ ਹੀ ਮਸ਼ਹੂਰ ਗੀਤ ਹੋਏ ਨੇ ਹਰ ਵਕਤ ਹਰ ਟਾਈਮ ਦੇ ਵਿੱਚ ਤੇ ਅੱਜ ਵੀ ਮਸ਼ਹੂਰ ਨੇ ਪੰਜਾਬੀ ਵੀ ਗਾਏ ਜੀ ਇਹਨਾਂ ਨੇ ਪੰਜਾਬੀ ਚ ਤਾਂ ਨਹੀਂ ਕੋਈ ਗਾਇਆ ਇੱਕ ਅੱਧਾ ਹੀ ਗਾਇਆ ਹੋਰ ਜ਼ਿਆਦਾ ਨਹੀਂ ਤੇ ਇਹਨਾਂ ਨੇ ਜ਼ਿਆਦਾ ਹਿੰਦੀ ਦੇ ਵਿੱਚ ਹੀ ਉਰਦੂ ਦੇ ਵਿੱਚ ਹੀ ਗਾਏ ਨੇ ਕਿਉਂਕਿ ਉਰਦੂ ਦੀ ਸ਼ਾਇਰੀ ਹੁੰਦੀ ਸੀ ਹਿੰਦੀ ਤਾਂ ਆਪਾਂ ਐਵੇਂ ਕਹਿ ਦਿੰਦੇ ਹਾਂ ਹਿੰਦੀ ਪਰ ਹੈ ਉਹ ਉਰਦੂ ਤੋਂ ਸੀ ਜਦੋਂ ਫਿਰ ਇੱਥੋਂ ਲਾਸ਼ ਗਈ ਡੈਟਰੋਇਟ ਤੋਂ ਰਾਜ ਕਪੂਰ ਸਾਹਿਬ ਨੇ ਹਵਾਈ ਜਹਾਜ਼ ਚੋਂ ਥੱਲੇ ਆਪ ਉਤਾਰੀ ਸੀ ਤੇ ਨਾਲ ਇਹ ਆਖਿਆ ਸੀ ਕਿ ਅੱਜ ਮੇਰਾ ਅੱਧਾ ਗਲਾ ਕੱਟਿਆ ਗਿਆ ਬਹੁਤ ਗਾਣੇ ਸੀ ਬਹੁਤ ਗਾਣੇ ਤਕਰੀਬਨ ਹਾਂਜੀ ਹੁਣ ਮੈਂ ਤੁਹਾਨੂੰ ਗੱਲ ਦੱਸਦਾ ਠੱਗੀਆਂ ਕੈਨੇਡਾ ਚ ਕਿਸ ਤਰ੍ਹਾਂ ਦੀਆਂ ਹੁੰਦੀਆਂ ਜੀ ਅਸੀਂ ਅੱਜ ਕੱਲ੍ਹ ਦੀ ਗੱਲ ਕਰੀਏ ਠੱਗੀਆਂ ਤਾਂ ਕੈਨੇਡਾ ਚ ਜੀ ਕਈ ਕਿਸਮ ਦੀਆਂ ਚੱਲਦੀਆਂ ਨੇ ਇੱਕ ਤਾਂ ਹੁਣ ਬੇਅੰਤ ਕੌਰ ਨੇ ਠੱਗੀ ਕੀਤੀ ਆ ਤੇ ਦੂਸਰਾ ਟੈਲੀਫੋਨਾਂ ਦੇ ਜ਼ਰੀਏ ਵੀ ਹੁੰਦੀਆਂ ਨੇ ਮੈਨੂੰ ਵੀ ਬੜੇ ਟੈਲੀਫੋਨ ਆਉਂਦੇ ਰਹੇ ਨੇ ਤੇ ਤੈਨੂੰ ਅਸੀਂ ਟੈਲੀਵਿਜ਼ਨ ਦੇਵਾਂਗੇ ਇਹ ਕਰਾਂਗੇ ਬੈਲ ਕੈਨੇਡਾ ਤੁਹਾਨੂੰ ਟੈਲੀਵਿਜ਼ਨ ਦਊ ਤੁਸੀਂ ਆਪਣਾ ਜਿਹੜਾ ਸਾਡੇ ਸੋਸ਼ਲ ਨੰਬਰ ਦਾ ਉਹ ਦਵੋ
ਜੀ ਤੀਰ ਸਾਹਿਬ ਕੰਟੀਨਿਊ। ਤੇ ਮੈਂ ਇਹਨਾਂ ਦੇ ਚੱਕਰ ਵਿੱਚ ਆਇਆ ਹੀ ਨਹੀਂ, ਮੈਨੂੰ ਤਾਂ ਪਤਾ ਸੀ ਠੱਗ ਨੇ, ਕਿਉਂਕਿ ਸਾਡਾ ਜਿਹੜਾ ਪੰਜਾਬੀ ਮੀਡੀਆ ਨਾ ਉਹ ਬੜੀ ਸ਼ਾਨਦਾਰ ਕੰਮ ਕਰਦਾ। ਉਹਨਾਂ ਨੇ ਸਾਨੂੰ ਬੜਾ ਅਵੇਅਰ ਹੋ ਕੇ ਦੱਸ ਰਹੇ, ਨਾਲ ਦੀ ਨਾਲ ਵੀ ਭਾਈ ਬਚੋ, ਜਿੱਦਾਂ ਹੁਣ ਪੈਂਡੇਮਿਕ ਦੇ ਵਿੱਚ ਵੀ ਪੰਜਾਬੀ ਮੀਡੀਆ ਨੇ ਬਹੁਤ ਚੰਗਾ ਕੰਮ ਕੀਤਾ। ਤੇ ਉਹ ਮੈਂ ਫਿਰ ਉਹਨਾਂ ਨੂੰ ਫਿਰ ਸਿੱਧਾ ਹੀ ਚੱਲ ਪੈਂਦਾ ਸੀ ਆਪਣੇ ਪੰਜਾਬੀ ਲਹਿਜੇ ਦੇ ਵਿੱਚ। ਇੱਕ ਸਾਡੇ ਹੁਣ ਚੱਲਿਆ ਧੀਰ ਸਾਹਿਬ, ਹੋਰ ਚੱਲਿਆ ਜਿਹੜੇ ਲੋਨ ਲਏ ਸੀ ਨਾ ਲੋਕਾਂ ਨੇ, ਲੋਨ SBI ਲੋਨ ਸੀ ਇੱਥੇ ਪੇਰੋਲ ਵਾਸਤੇ, ਕੰਪਨੀਆਂ ਨੂੰ ਦਿੱਤੇ ਸੀ ਤਨਖਾਹ ਦੇਣ ਵਾਸਤੇ, ਅਤੇ ਹੁਣ ਦੁਬਾਰਾ ਗੌਰਮੈਂਟ ਕਹਿੰਦੀ ਤੁਸੀਂ ਅਪਲਾਈ ਕਰ ਸਕਦੇ ਹੋ। ਜਿਹੜੇ ਉਹਦੇ ਵਿੱਚ ਬੜੀਆਂ ਕੰਪਨੀਆਂ ਪ੍ਰਾਈਵੇਟ ਕੰਪਨੀਆਂ ਆ ਗਈਆਂ ਵਿੱਚ ਇਨਵੋਲਵ ਹੋ ਗਈਆਂ, ਔਰ ਚਿੱਠੀ ਇਹੋ ਜਿਹੀ ਆਉਂਦੀ ਹੈ ਕਿ ਜਿਹੜੀ ਲੱਗਦੀ ਇਉਂ ਹੀ ਹੈ ਵੀ ਤੁਹਾਨੂੰ ਮਹਿਕਮੇ ਲਵਾਈ ਆ। ਮੈਂ ਤੁਹਾਨੂੰ ਦੱਸਦਾ ਨਾ, ਮੈਨੂੰ ਇੱਕ ਫੋਨ ਆਇਆ ਕਿ ਤੂੰ ਰੈਵਨਿਊ ਕੈਨੇਡਾ ਦਾ ਜਿਹੜਾ ਕੈਨੇਡਾ ਡਿਪਾਰਟਮੈਂਟ ਆ, ਮਾਲ ਡਿਪਾਰਟਮੈਂਟ, ਉਹਦਾ ਤੂੰ $5,000 ਦੇਣਾ। ਅੱਛਾ ਜੀ। ਤੇ ਮੈਂ ਤਾਂ ਸਮਝ ਗਿਆ ਸੀ, ਮੈਂ ਕਿਹਾ ਗੱਲ ਸੁਣ, ਰੈਵਨਿਊ ਕੈਨੇਡਾ ਤੂੰ ਮੈਨੂੰ ਬੇਵਕੂਫ ਬਣਾਉਣਾ, ਰੈਵਨਿਊ ਕੈਨੇਡਾ ਵਾਲੇ ਕਦੇ ਵੀ ਟੈਲੀਫੋਨ ਨਹੀਂ ਕਰਦੇ, ਉਹ ਹਮੇਸ਼ਾ ਤੁਹਾਨੂੰ ਚਿੱਠੀ ਪਾਉਂਦੇ ਨੇ, ਤੇ ਬੈਂਕਾਂ ਦੇ ਵਿੱਚੋਂ ਪੈਸੇ ਵੀ ਕਢਾ ਲੈਂਦੇ ਨੇ। ਮੇਰੀ ਕੁੜੀ ਦਾ ਇੱਕ ਵਾਰੀ $500 ਕਢਾ ਲਿਆ ਸੀ, ਮੇਰੀ ਕੁੜੀ ਨੇ ਚੈੱਕ ਕੀਤਾ, ਦੂਜੇ ਦਿਨ ਤਾਂ ਹੈ ਨਹੀਂ, ਤੇ ਜਾ ਕੇ ਉਹ ਬੈਂਕ ਗਈ, ਬੈਂਕ ਵਾਲਿਆਂ ਨੇ ਪੈਸੇ ਦਾ ਪਾ ਤੇ, ਤੇ ਬਾਅਦ ਦੇ ਵਿੱਚ ਉਹਨਾਂ ਦਾ ਆਪਣਾ ਪ੍ਰੋਬਲਮ। ਤੁਹਾਨੂੰ ਪਤਾ ਕੁਛ ਸਾਲ ਪਹਿਲਾਂ ਆਪਣੇ ਨੌਜਵਾਨ ਜੀ ਬੜਾ ਜੀ ਤੀਰ ਸਾਹਿਬ ਆਪਣਾ, ਹਾਂਜੀ ਵਾਈਂਡ ਅਪ ਹੀ ਕਰੀਏ ਆਪਾਂ, ਕਰਨਾ ਬਹੁਤ ਜ਼ਿਆਦਾ ਪਈਆਂ। ਦਿੱਲੀ ਤੇ ਬੰਬਈ ਦੇ ਵਿੱਚ ਆਪਣੇ ਗਰੁੱਪ ਫੜੇ ਗਏ ਸੀ 18 ਤੋਂ 25-26 ਸਾਲ ਦੇ ਕੰਮ ਕਰਦੇ, ਜਿਹੜੇ ਉਹਨਾਂ ਦਾ ਕੰਮ ਹੀ ਇਹੀ ਸੀਗਾ, ਪਤਾ ਨਹੀਂ ਕਿੰਨੇ ਕਰੋੜਾਂ ਅਰਬਾਂ ਡਾਲਰ ਦੇ ਹਿਸਾਬ ਨਾਲ। ਹਾਂਜੀ ਚਲੋ ਚਲੋ ਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ, ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹਾਂਜੀ ਓਕੇ ਓਕੇ ਮਿਹਰਬਾਨੀ ਜੀ। ਹੈਲੋ ਔਨ ਏਅਰ ਹੋ ਜੀ, ਤੁਸੀਂ ਬਲਵਿੰਦਰ ਜੀ ਜੱਗੀ ਸਾਹਿਬ ਕੀ ਹਾਲ ਆ ਜੀ? ਜੀ ਬਾਜਾ ਸਾਹਿਬ ਹੋ ਰਹੇ ਨਾ, ਮੈਂ ਬਲਵਿੰਦਰ ਸਿੰਘ ਬੋਲਦਾ ਨਿਊਯਾਰਕ। ਹਾਂਜੀ ਬਲਵਿੰਦਰ ਸਿੰਘ ਜੀ, ਹਾਂਜੀ ਹਾਂਜੀ ਸਵਾਗਤ ਹੈ ਜੀ, ਕੀ ਕਹਿਣਾ ਚਾਹੁੰਦੇ? ਬਸ ਕਹਿਣਾ ਚਾਹੁੰਦੇ ਜੱਗੀ ਸਾਹਿਬ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ, ਤੁਹਾਨੂੰ ਦੇਖ ਕੇ ਬੜੀ ਬਹੁਤ ਵਧੀਆ ਲੱਗਦਾ, ਜਿਹੜੇ ਤੁਸੀਂ ਮੁੱਦੇ ਲੈ ਕੇ ਆਉਂਦੇ ਹੋ ਜੀ, ਬਹੁਤ ਬਹੁਤ ਵਧੀਆ ਮੁੱਦੇ ਲੈ ਕੇ ਆਉਂਦੇ ਹੋ, ਦੁਨੀਆ ਨੂੰ ਯਾਨੀ ਤੁਸੀਂ ਦੱਸਦੇ ਹੋ ਵੀ, ਨੌਲੇਜ ਦਿੰਦੇ ਹੋ ਜੀ, ਕੋਸ਼ਿਸ਼ ਕਰਦੇ ਜੀ, ਔਰ ਇਹਦਾ ਫਰਕ ਤਾਂ ਪੈਂਦਾ ਗਾਂ ਦੀਆਂ ਸੁਣ ਕੇ ਨਾ ਜੀ, ਲੋਕ ਅਵੇਅਰ ਤਾਂ ਹੁੰਦੇ। ਜੱਗੀ ਸਾਹਿਬ ਬਹੁਤ ਜ਼ਿਆਦਾ ਫਰਕ ਪੈਂਦਾ ਸੀ, ਸਾਰੀ ਫੈਮਿਲੀ, ਮੈਂ, ਮੇਰੀ ਵਾਈਫ, ਮੇਰੇ ਬੱਚੇ ਦੇਖਦੇ ਆ ਜੀ, ਬੜਾ ਮਨ ਖੁਸ਼ ਹੁੰਦਾ ਵੀ ਤੁਹਾਨੂੰ ਦੇਖ ਕੇ, ਤੂੰ ਬਹੁਤ ਵਧੀਆ ਵਧੀਆ ਗੱਲਾਂ ਇੱਥੇ ਬੱਚਿਆਂ ਨੂੰ ਦੱਸਦਾ ਆਪਣੇ ਕਲਚਰ ਬਾਰੇ, ਆਪਣੇ ਸਾਰੇ ਕਸ ਵਾਸਤੇ ਜੀ, ਕੋਸ਼ਿਸ਼ ਕਰ ਰਹੇ ਜੀ, ਤੁਹਾਡਾ ਸਭ ਦਾ ਪਿਆਰ ਹੈ, ਆਸ਼ੀਰਵਾਦ ਹੈ। ਹਾਂਜੀ ਜੀ, ਬਹੁਤ ਖੁਸ਼ੀ ਹੁੰਦੀ। ਚਲੋ ਓਕੇ ਵੀਰ, ਮਿਹਰਬਾਨੀ, ਪਰਮਾਤਮਾ ਤੈਨੂੰ ਚੜ੍ਹਦੀ ਕਲਾ 'ਚ ਰੱਖੇ, ਬਹੁਤ ਮਿਹਰਬਾਨੀ। ਓਕੇ ਜੀ, ਸਤਿ ਸ਼੍ਰੀ ਅਕਾਲ ਜੀ, ਔਨ ਏਅਰ ਹੋ ਸ਼ੇਖ ਖੁਰਾਨਾ ਸਾਹਿਬ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, 661 ਏਰੀਆ ਕੋਡ। ਹੈਲੋ, ਸ਼ਾਇਦ ਧਿਆਨ ਕਿਸੇ ਹੋਰ ਪਾਸੇ ਹੋਏਗਾ। ਹੈਲੋ ਜੀ, ਸਤਿ ਸ਼੍ਰੀ ਅਕਾਲ, ਔਨ ਏਅਰ ਹੋ ਜੀ। ਹੈਲੋ ਹੈਲੋ ਹੈਲੋ, ਹਾਂਜੀ ਪੈਰੀ ਪਿੰਨਾ ਜੀ, ਪੈਰੀ ਪਿੰਨਾ, ਤੁਸੀਂ ਫੋਨ ਬੁਲਾ ਕੇ ਕਿੱਧਰ ਚਲ ਜਾਂਦੇ ਹੋ? ਹਾਂਜੀ ਹਾਂਜੀ ਹਾਂਜੀ, ਬੋਲੋ ਜੀ। ਹਾਂਜੀ ਹਾਂਜੀ ਬੋਲੋ ਜੀ, ਮੈਂ ਮਾਸੀ ਬੋਲਦੀ ਆ, ਸਰਜੀਤ ਕੌਰ। ਪਛਾਣ ਲਿਆ ਜੀ, ਪਛਾਣ ਲਿਆ, ਮੈਂ ਪਹਿਲਾਂ ਹੀ ਮੱਥਾ ਟੇਕਿਆ ਤੁਹਾਨੂੰ, ਤੇ ਤੁਸੀਂ ਕੀ ਕਹਿਣਾ ਚਾਹੁੰਦੇ? ਤੇ ਹੁਣ ਗੱਲਾਂ ਤਾਂ ਬਹੁਤ ਆ, ਕਿਹੜੀ ਗੱਲ ਕਰੀਏ? ਛੋਟੀ ਜੀ ਕਰੋ, ਠੱਗੀ ਠੱਗੀ ਕੋਈ ਅੱਜ ਕੱਲ੍ਹ ਤੁਹਾਡਾ ਪ੍ਰੋਗਰਾਮ ਹੈ, ਤੇ ਮੇਰੇ ਨਾਲ ਠੱਗੀਆਂ ਬਹੁਤ ਹੋਈਆਂ, ਚੱਲ ਪੜਦੀ ਜਲ ਪੰਜ ਦਿਨ ਗਿਆ ਬਾਣੀ, ਉਧਰ ਗਿਆ ਬਾਜ਼ਾਰ, ਠੱਗੀਆਂ ਤਾਂ ਬਹੁਤ ਹੋਈਆਂ। ਅੱਛਾ, ਤਾਂ ਫੇਰ ਤਾਂ ਮੈਂ ਵੀ ਠੱਗੀ ਮਾਰ ਲਈ ਤੁਹਾਡੇ ਨਾਲ ਕਿਤੇ। ਤੇ ਪਹਿਲੀ ਠੱਗੀ ਦਾ ਮੇਰੇ ਨਾਲ ਮੋਦੀ ਨੇ ਮਾਰੀ ਆ, 5-7 ਲੱਖ ਦੀ। ਅੱਛਾ, 15 ਲੱਖ ਦੀ ਮੋਦੀ ਨੇ, 15-15 ਲੱਖ ਦੀ ਮੇਰੇ ਨਾਲ। ਇੱਕ ਸਾਡੇ ਪਿੰਡ ਦਾ ਸੀਗਾ, ਮੇਰੇ ਕੋਲ ਆ ਗਿਆ, ਕਹਿੰਦਾ ਚਾਚੀ ਮੈਨੂੰ 200 ਰੁਪਇਆ ਦੇ ਦੇ, ਤੇ ਮੇਰੇ ਸਾਲੇ ਦਾ ਐਕਸੀਡੈਂਟ ਹੋਇਆ ਹੈ ਨਾ, ਇਹੋ ਜਿਹਾ ਬੜਾ। ਤੇ ਤੀਜੀ ਠੱਗੀ ਮੇਰੇ ਨਾਲ ਇਹ ਹੋਈ ਵੀ ਮੈਂ ਵੇਚਣਾ ਸੀਗਾ ਮੋਟਰਸਾਈਕਲ, ਹੈ ਤੇ ਉਹੀ ਆ ਗਿਆ, ਤੇ ਉਹ ਕਹਿੰਦਾ ਆ ਕੇ ਨਾ ਚਾਚੀ ਵੀ 5,000 ਧਾਰਾ ਰੱਖ ਲਵਾਂ, ਮੈਂ ਤਾਂ ਅੱਗੇ 300 ਦੇ ਕੇ ਮਿਲਤਾ ਤੇ ਹੋਣੀ ਮੈਂ। ਚਲੋ ਮਿਹਰਬਾਨੀ, ਇਹ ਤਾਂ ਇਹ ਜਿਹੜੇ ਜ਼ਿਆਦਾ ਵੇਚ ਕੇ, ਚਲੋ ਮੇਰੇ ਕਿਸੇ ਦੇ ਘਰ ਬਣਾਏ ਨਹੀਂ ਵੀ, ਮੈਂ ਕਿਹਾ ਹੋਰ ਨਾ ਮੈਨੂੰ ਚੋਰ ਚਾਰ ਲੁੱਟ ਕੇ ਲੈ ਜਾ ਰਾਤ ਨੂੰ। ਚਲੋ ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਪਿਆਰ ਹੋ ਕੇ ਬਾਏ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਥੈਂਕ ਯੂ। ਅਸਲ 'ਚ ਅਸੀਂ ਉਹਨਾਂ ਠੱਗੀਆਂ ਦੀ ਗੱਲ ਕਰਦੇ ਜਿਹੜੀਆਂ ਅੱਜ ਕੱਲ੍ਹ ਬਹੁਤ ਜ਼ਿਆਦਾ ਜ਼ੋਰਾਂ 'ਤੇ ਨੇ, ਬਹੁਤ ਜ਼ਿਆਦਾ ਵੱਜ ਰਹੀਆਂ ਨੇ, ਉਹਨਾਂ ਦੀ ਗੱਲ ਕਰ ਰਹੇ ਹਾਂ। ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਕੋਸ਼ਿਸ਼ ਕਰਾਂਗੇ ਇੱਕ ਅੱਧੀ ਕਾਲ ਲੈਣ ਦੀ, ਅਗਰ ਸਮਾਂ ਬਚਿਆ ਤਾਂ। ਫਿਲਹਾਲ ਬ੍ਰੇਕ ਦੇਖਦੇ ਰਹੋ, 10 ਮਿੰਟ।
ਪ੍ਰੋਗਰਾਮ ਦਾ ਸਮਾਂ ਤਾਂ ਖਤਮ ਹੈ, ਪਰ ਇੱਕ ਕਾਲ ਲੈ ਲੈਂਦੇ ਹਾਂ। ਇਹ ਖੁਰਾਣਾ ਸਾਹਿਬ ਦੀ ਕਾਲ ਹੈਗੀ ਆ, ਕੱਲ੍ਹ ਵੀ ਇਹਨਾਂ ਦੀ ਕਾਲ ਰਹਿ ਗਈ ਸੀ, ਇੱਕ ਕਾਲ ਲੈ ਲੈਂਦੇ, ਉਸ ਤੋਂ ਬਾਅਦ ਸਮਾਪਤੀ। ਜੀ ਖੁਰਾਣਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ, ਅਤੇ ਸ਼ਾਰਟ ਦੇ ਵਿੱਚ ਹੀ ਆਪਾਂ ਨੂੰ ਗੱਲ ਕਰਨੀ ਪੈਣੀ। ਮੈਂ ਤਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਗੱਲ ਇਹ ਆ ਜੀ ਕਿ ਠੱਗੀ ਕਰਨਾ ਵੀ ਇੱਕ ਆਰਟ ਹੈ। ਅੱਜ ਮੈਂ ਉਹ ਠੱਗੀ ਜਿਹਨੇ ਤੁਸੀਂ ਇਮੈਜਿਨ ਕਰੋ, ਉਹਨੇ ਇੱਕ ਹੋਰ ਐਸਾ ਠੱਗ ਹੋਇਆ ਜਿਹਨੇ ਤਾਜ ਮਹਿਲ ਵੇਚਤਾ। ਅੱਛਾ ਜੀ, ਅੱਛਾ, ਇੱਕ ਵਾਰੀ ਨਹੀਂ, ਦੋ ਵਾਰੀ, ਤਿੰਨ ਵਾਰੀ ਵੇਚਤਾ। ਇਹ ਮਤਲਬ ਮਿਲੀ ਭੁਗਤ ਹੋਊਗੀ ਫਿਰ ਵੱਡੇ ਲੀਡਰਾਂ ਦੀ? ਨਹੀਂ, ਲੀਡਰ ਨਹੀਂ, ਮਿਲੀ ਭਗਤ ਕੋਈ ਨਹੀਂ, ਉਹਦਾ ਨਾਂ ਸੀ ਨਟਵਰ ਲਾਲ। ਅੱਛਾ ਜੀ, ਤੇ ਉਹ ਜਿਹੜਾ ਹੈਗਾ ਸੀ, ਈਵਨ ਉਹ ਰਜਿੰਦਰ ਪ੍ਰਸ਼ਾਦ ਪ੍ਰੈਜੀਡੈਂਟ ਸਾਹਿਬ ਦੇ, ਉਹਦੇ ਵੀ ਸਿਗਨੇਚਰ ਕਾਪੀ ਕਰਕੇ ਪ੍ਰੈਜੀਡੈਂਟ ਵੀ ਦਾ ਐਕਟ ਕੀਤਾ। ਜਿਹੜੇ ਅੰਬਾਨੀ ਬ੍ਰਦਰ ਨੇ, ਇਹਨਾਂ ਦਾ ਜਿਹੜਾ ਹੈਗਾ ਸੀਗਾ ਫਾਦਰ ਜਿਹੜੇ ਧੀਰੂ ਭਾਈ ਅੰਬਾਨੀ, ਉਹਨਾਂ ਦੇ ਸਿਗਨੇਚਰ ਵੀ ਇਹਨੇ ਫੋਲਡ ਕੀਤੇ ਕਈ ਵਾਰੀ। ਉਹ ਫਿਰ ਹੋਰ ਤੇ ਹੋਰ ਪਾਰਲੀਮੈਂਟ ਹਾਊਸ ਐਮ ਪੀਆਂ ਸਮੇਤ ਵੇਚਤਾ। Oh my God. Achha ji, kamaal. He was called, ohda naam si Natwar Lal, kehnde sa donu. Te jehda ohde, haan, ohde jehde pind ch, oh pind wale te ohdi pooja karde se, te ohda bhut vi laya, hun te oh mar chuka hai. Oh kadi vi ohne prison ch pura nahi reha. Wah ji. Tusi internet te jao, ohde ch oh yuk anjaye, chaggi marda ke vekha da. Karange ji, bahut meharbani. Thank you. Bahut meharbani, bahut meharbani. Naal naal program da sama ਸਮਾਪਤ ਆ ਜੀ, ਉਮੀਦ ਕਰਦਾ ਵਧੀਆ ਲੱਗਿਆ ਹੋਊਗਾ, ਇੱਕ ਤਾਂ ਪ੍ਰੋਗਰਾਮ ਵਾਸਤੇ, ਅਤੇ ਇੱਕ ਪਰਸੋਂ ਦਾ ਜਿਹੜਾ ਸਾਡਾ ਇੱਥੇ ਮੀਟ ਐਂਡ ਗ੍ਰੀਟ ਅਸੀਂ ਕਹਿ ਸਕਦੇ ਹਾਂ। ਜਿਹੜੀਆਂ ਕੁੜੀਆਂ ਨੇ ਜਾਂ ਲੇਡੀਜ਼ ਨੇ ਪਾਰਟੀਸਪੇਟ ਕਰਨਾ, ਉਹ ਜ਼ਰੂਰ ਥੋੜ੍ਹੀ ਬਹੁਤ ਤਿਆਰੀ ਕਰਕੇ ਜਾਂ ਤਿਆਰ ਹੋ ਕੇ ਆਉਣ। ਇੱਥੇ ਵੀ ਤਿਆਰ ਹੋ ਸਕਦੇ, ਮੇਕਅਪ ਰੂਮ ਹੈਗਾ, ਤਿਆਰ ਹੋਣਾ ਹੋਵੇ ਨਾਲ, ਘੱਟੋ ਘੱਟ ਸੂਟ ਵਗੈਰਾ ਚਾਹੀਦੇ ਨੇ ਜੇ ਸੂਟ ਦੇ ਵਿੱਚ ਗੱਲ ਕਰਨੀ ਹੈ, ਬਾਕੀ ਤਾਂ ਕਿੰਮੀ ਜੀ ਦੱਸ ਸਕਦੇ ਜ਼ਿਆਦਾ, ਅਤੇ ਬਾਕੀ ਕੋਈ ਬਾਹਲੀ ਰਿਕੁਆਇਰਮੈਂਟ ਨਹੀਂ ਹੈਗੀ। ਫੀਸ ਵਗੈਰਾ ਦੀ ਜਿਹੜੀ ਗੱਲ ਆ, ਤੁਸੀਂ ਆਪ ਆ ਕਰ ਸਕਦੇ ਹੋ। ਪਰਸੋਂ ਦਾ ਪ੍ਰੋਗਰਾਮ ਅਸੀਂ ਇਹ ਨਹੀਂ ਰੱਖਿਆ, ਆਡੀਸ਼ਨ ਨਹੀਂ ਰੱਖਿਆ, ਪਰਸੋਂ ਦਾ ਪ੍ਰੋਗਰਾਮ ਮੀਟ ਐਂਡ ਗ੍ਰੀਟ ਰੱਖਿਆ ਕਿ ਤੁਸੀਂ ਆ ਕੇ ਵੈਸੇ ਹੀ ਮਿਲੋ, ਆਪਾਂ ਵੈਸੇ ਹੀ ਗੱਲਬਾਤ ਕਰਦੇ ਹਾਂ। ਇੱਕ ਨਵਾਂ ਉਪਰਾਲਾ ਜਿਹੜਾ ਕਿਮੀ ਵਰਮਾ ਜੀ ਕਰ ਰਹੇ ਨੇ, ਵੈਸੇ ਪ੍ਰੋਗਰਾਮ ਜਿਹੜਾ ਫਾਈਨਲ ਹੈਗਾ ਉਹ 16 ਅਕਤੂਬਰ ਦਾ, ਔਰ ਲੇਡੀਜ਼ ਨੂੰ ਰੈਸਲਾਂ ਵਾਸਤੇ ਬੜਾ ਕਿਤੇ ਜਾਣਾ ਨਹੀਂ ਪੈਣਾ, ਔਨਲਾਈਨ ਰੈਸਲਾਂ ਵੀ ਹੋ ਜਾਂਦੀਆਂ, ਔਨਲਾਈਨ ਗਰੂਮਿੰਗ ਹੋ ਜਾਏਗੀ, ਔਨਲਾਈਨ ਸਾਰੀ ਸਿਖਲਾਈ ਜਿਹੜੀ ਔਨਲਾਈਨ ਵੀ ਹੋ ਸਕਦੀ ਹੈ ਜੇ ਕੋਈ ਦੂਰੋਂ ਨੇੜਿਓਂ ਆ। ਅਖੀਰਲੇ ਦੋ ਦਿਨ ਜ਼ਰੂਰ ਕੱਢਣੇ ਪੈਣਗੇ, 15 ਅਤੇ 16 ਅਕਤੂਬਰ, 15 ਅਕਤੂਬਰ ਨੂੰ ਸਟੇਜ ਰੈਸਲ, 16 ਅਕਤੂਬਰ ਨੂੰ ਮੇਨ ਈਵੈਂਟ। ਸੋ ਜ਼ਰੂਰ ਪਹੁੰਚੋ ਪਰਸੋਂ ਨੂੰ। ਫਿਰ ਵੀ ਕੋਈ ਗੱਲਬਾਤ ਚਾਹੁੰਦੇ ਹੋ ਤਾਂ ਮੇਰਾ ਨੰਬਰ ਜਿਹੜਾ 209-450-33-8 ਸਾਰਿਆਂ ਕੋਲ ਹੈਗਾ, ਉਹ ਮੈਨੂੰ ਕਰ ਲਿਓ, ਅਤੇ ਮੈਂ ਅੱਗੇ ਤੁਹਾਨੂੰ ਕਿੰਮੀ ਜੀ ਦਾ ਨੰਬਰ ਵੀ ਦੇ ਦੂੰਗਾ, ਜੇ ਡਾਇਰੈਕਟਰ ਨਾਲ ਗੱਲ ਕਰਨੀ ਆ। ਅਤੇ ਕਿੰਮੀ ਵਰਮਾ ਜੀ ਪਰਸੋਂ ਇੱਥੇ ਹੋਣਗੇ, ਸਾਡੀਆਂ ਪੰਜਾਬੀ ਫਿਲਮਾਂ ਦਾ ਮਾਣ ਨੇ, ਔਰ ਉਹ ਇੱਥੇ ਹੋਣਗੇ, ਉਹਨਾਂ ਨਾਲ ਗੱਲ ਵੀ ਕਰ ਸਕਦੇ ਹੋ, ਉਹਨਾਂ ਨੂੰ ਮਿਲ ਵੀ ਸਕਦੇ ਹੋ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।